मार्च चो फिल्म शुरू हुई ते दो दिन शूट हुई ते बंद हो गई बहुत टेक्निकल फ्लॉज सी उहदे च ते मैं ना बहुत जिवें मैं कहा यार साला मेरी किस्मत कैसी है हर थां ते फस जांदी है फिर तुसी जाके हुण बने प्रोड्यूसर सो एज ए प्रोड्यूसर तुसी बहुत सक्सेसफुल नहीं रहे हाँ है ना सो थानू की लगता है भी की कमी रह गई उत्थे ऑन स्क्रीन ਤੁਹਾਡੀ ਜੋੜੀ ਕਿਹਦੇ ਨਾਲ ਇਹਨਾਂ ਤਿੰਨਾਂ 'ਚੋਂ ਕਿਹਦੇ ਨਾਲ ਜ਼ਿਆਦਾ ਜੱਚਦੀ ਹੈ ਸਰਗੁਣ ਸੋਨਮ ਤਾਨਿਆ ਵੈਲਕਮ ਬੈਕ ਜਿਮਨੀ ਪ੍ਰਜੈਂਟਸ ਦਾ ਜਗਦੀਪ ਸਿੱਧੂ ਸ਼ੋ ਕੋ ਪਾਵਰਡ ਬਾਏ ਬਿੰਗੋ ਟੇਡੇ ਮੇਡੇ ਐਂਡ ਆਸ਼ਾ ਕਿਰਨ ਆਈ ਵੀ ਐਫ 'ਚ ਸੋ ਗਾਣਿਆਂ ਤੋਂ ਬਾਅਦ ਫਿਰ ਹੋਇਆ ਫਿਲਮਾਂ ਦਾ ਸਫ਼ਰ ਸਟਾਰਟ ਫਿਰ ਐਂਟਰੀ ਹੋਈ ਜਗਦੀਪ ਸਿੱਧੂ ਦੀ ਸਾਡੀ ਜ਼ਿੰਦਗੀ 'ਚ ਹੈ ਨਾ ਤਾਂ ਫਿਲਮਾਂ ਕੀ ਜਦੋਂ ਕਿੱਥੇ ਕੁ ਸੀਗੇ ਤੁਹਾਨੂੰ ਆਫਰ ਆਉਣ ਲੱਗ ਗਏ ਸੀ ਜਾਂ ਆਪਦੀ ਕਿਉਂਕਿ ਇੱਕ ਮੈਨੂੰ ਲੱਗਦਾ ਕਿ ਸਾਡੇ ਪੰਜਾਬ 'ਚ ਇੱਕ ਟ੍ਰੈਂਡ ਬਣਿਆ ਹੋਇਆ ਕਿ ਸਿੰਗਰ ਜਦੋਂ ਲਾਈਮਲਾਈਟ ਜੀ 'ਚ ਆ ਜਾਂਦਾ ਤਾਂ ਉਹਨੂੰ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਵੀ ਯਾਰ ਜਾਂ ਉਹਦਾ ਟਾਰਗੇਟ ਹੁੰਦਾ ਕਿ ਮੈਂ ਹੁਣ ਫਿਲਮ ਕਰਨੀ ਹੈ ਫਿਲਮਾਂ ਹਮੇਸ਼ਾ ਲਾਸਟ ਡੈਸਟੀਨੀ ਤਾਂ ਡੈਸਟੀਨੇਸ਼ਨ ਤਾਂ ਹੁੰਦੀ ਹੈ ਹਰ ਕਿਸੇ ਦੀ ਔਰ ਖਾਸ ਕਰਕੇ ਹਰਭਜਨ ਮਾਨ ਬਾਈ ਤੋਂ ਬਾਅਦ ਹਰ ਕਲਾਕਾਰ ਐਕਟਰ ਆਪਣੇ ਆਪ ਹੀ ਉਹ ਪਹਿਲਾਂ ਹੀ ਐਕਟਿੰਗ ਸ਼ੁਰੂ ਕਰ ਦਿੰਦਾ ਭਾਵੇਂ ਉਹ ਟੈਕਨੀਕਲੀ ਕਰੇ ਭਾਵੇਂ ਉਹ ਦਿਮਾਗ 'ਚ ਕਰੇ ਕਿ ਉਹਨੂੰ ਹੁੰਦਾ ਕਿ ਯਾਰ ਮੈਂ ਜਿਸ ਦਿਨ ਪ੍ਰੋਗਰਾਮ ਹਿੱਟ ਹੋ ਗਿਆ ਮੈਂ ਫਿਲਮ ਕਰੂੰਗਾ ਹੀ ਕਰੂੰਗਾ ਤਾਂ ਪਹਿਲਾਂ ਮਤਲਬ ਸਾਰੇ ਮੈਂਟਲੀ ਇਸ ਗੱਲ ਲਈ ਰੈਡੀ ਨੇ ਜਿਹੜੇ ਨਵੇਂ ਸਟਾਰ ਬਣਦੇ ਆ ਉਹਨਾਂ ਨੂੰ ਹੁੰਦਾ ਕਿ ਯਾਰ ਸਾਨੂੰ ਫਿਲਮ 'ਚ ਮੌਕਾ ਮਿਲੂਗਾ ਔਰ ਲੱਕੀਲੀ ਮੈਂ ਮੇਰਾ ਕਾਲਜ ਉਹ ਹੈ ਕਿ ਜਦੋਂ ਕੈਰੀ ਓਨ ਜੱਟਾ 1 ਆਈ ਜਦੋਂ ਪੰਜਾਬੀ ਫਿਲਮਾਂ ਪੂਰੀਆਂ ਜਿਹਨੇ ਮੇਰਾ ਦਿਲ ਲੁੱਟਿਆ ਆਈ ਹੈ ਨਾ ਉਹ ਫਿਲਮਾਂ ਆਈਆਂ ਮਤਲਬ ਉਦੋਂ ਪੰਜਾਬੀ ਸਿਨੇਮਾ ਨੇ ਪੀਕ ਫੜੀ ਤਾਂ ਮੇਰੇ ਲਈ ਉਹ ਸੁਪਨਾ ਹੋਰ ਵੱਡਾ ਸੀ ਫਿਲਮਾਂ ਦਾ ਮੇਰਾ ਕਾਲਜ APJ ਕਾਲਜ ਜਿੱਥੇ ਮੈਂ ਪੜ੍ਹਿਆ ਉਸ ਤੋਂ 2 ਮਿੰਟ ਦੀ ਵਾਕਿੰਗ ਡਿਸਟੈਂਸ 'ਤੇ ਹੈ MBD ਮਾਲ ਜਲੰਧਰ 'ਚ ਤਾਂ ਮੈਂ ਹਰ ਪੰਜਾਬੀ ਫਿਲਮ ਵੇਖੀ ਆ ਉਹਨਾਂ 5 ਸਾਲਾਂ 'ਚ ਪੰਜਾਬੀ ਹਿੰਦੀ ਸਾਰੀਆਂ ਤਾਂ ਉਹ ਦੁਨੀਆ ਤਾਂ ਮੈਨੂੰ ਹਮੇਸ਼ਾ ਐਕਸਾਈਟ ਕਰਦੀ ਸੀ ਜਦੋਂ ਮੇਰਾ ਪਹਿਲਾਂ ਇੱਕ ਗਾਣਾ ਆਇਆ ਸੀ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਜਸਵੀਰ ਬਾਈ ਨਾਲ ਮੈਂ ਕੀਤਾ ਸੀ ਪਹਿਲਾਂ ਦੂਜਾ ਗਾਣਾ ਸੀ ਵਧੀਆ ਚੱਲਿਆ ਸੀ ਉਹ ਗਾਣਾ ਸਾਨੂੰ ਫਿਲਮਾਂ ਦੀ ਔਫਰ ਉਸ ਤੋਂ ਬਾਅਦ ਆਉਣੀ ਸ਼ੁਰੂ ਹੋ ਗਈ ਸੀ ਪਰ ਉਦੋਂ ਸਾਨੂੰ ਇਹ ਲੱਗਦਾ ਸੀ ਯਾਰ ਸਾਡੇ 'ਚ ਐਸਾ ਹੈ ਵੀ ਕੀ ਕਰਾਂਗੇ ਫਿਲਮ ਇੰਨਾ ਕੁ ਤਾਂ ਪਤਾ ਸੀਗਾ ਕਿ ਯਾਰ ਵੀ ਹੁਣ ਫਿਲਮ ਆਊਗੀ ਤਾਂ ਨਹੀਂ ਚੱਲੂਗੀ ਕਿਉਂਕਿ ਆਪਾਂ ਉੱਡੇ ਵੱਡੇ ਸਟਾਰ ਨਹੀਂ ਹੈਗੇ ਆਪਾਂ ਨੂੰ ਕੋਈ ਨਹੀਂ ਜਾਣਦਾ ਔਰ ਦੂਸਰਾ ਜਸਵੀਰ ਬਾਈ ਨੂੰ ਮੈਂ ਹਮੇਸ਼ਾ ਇਸ ਗੱਲ ਲਈ ਮਤਲਬ ਮੈਂ ਬਹੁਤ ਥੈਂਕਸ ਕਰਦਾ ਉਹਨਾਂ ਨੇ ਕਦੀ ਫਿਲਮ ਚੂਜ਼ ਕਰਨ ਲਈ ਕੋਈ ਪ੍ਰੈਸ਼ਰ ਨਹੀਂ ਪਾਇਆ ਮੇਰੇ 'ਤੇ ਕਿ ਯਾਰ ਉਹਨਾਂ ਲਈ ਤਾਂ ਮਤਲਬ ਉਹ ਤਾਂ ਪ੍ਰੋਡਿਊਸਰ ਸੀ ਨਾ ਮੇਰੇ ਉਹਨਾਂ ਨੂੰ ਤਾਂ ਮੈਂ ਫਿਲਮ ਕਰਦੀ ਤਾਂ ਪੈਸੇ ਆਉਣੇ ਸੀ ਪਰ ਉਹਨਾਂ ਨੇ ਕਦੀ ਮੈਨੂੰ ਪੈਸੇ ਲਈ ਫਿਲਮ ਨਹੀਂ ਕਰਵਾਈ ਉਹਨਾਂ ਨੇ ਕਿਹਾ ਕਿ ਯਾਰ ਨਹੀਂ ਇਹ ਤੇਰਾ ਕਰੀਅਰ ਆ ਕਿ ਮੇਰੇ ਨਾਲ ਤਾਂ ਤੂੰ ਹੋਰ 3 ਸਾਲ ਹੈ ਪਰ ਇਹ ਲਾਈਫ ਟਾਈਮ ਤੇਰਾ ਕੰਮ ਚੱਲਣਾ ਅਤੇ ਉਦੋਂ ਸਾਡੇ ਲਈ ਮਤਲਬ ਮੈਨੂੰ ਯਾਦ ਹੈ ਕਿ ਜਦੋਂ ਡਾਇਮੰਡ ਗਾਣਾ ਆਇਆ ਤਾਂ ਤੁਹਾਡੀ ਕਿਸਮਤ ਸ਼ੂਟ ਹੋ ਰਹੀ ਸੀ ਤਾਂ ਮੈਂ ਰੋਜ਼ ਸਨੈਪ ਐਮੀ ਬਾਈ ਦੀ ਸਨੈਪ 'ਤੇ ਤੁਹਾਨੂੰ ਦੇਖਦਾ ਹੁੰਦਾ ਸੀ ਕਦੇ ਵੀਰਾ ਕੁਛ ਸ਼ੂਟ ਕਰ ਰਿਹਾ ਕਿ ਤੁਸੀਂ ਬੈਂਚ 'ਤੇ ਸੁੱਤੇ ਪਏ ਆ ਤਾਂ ਉਦੋਂ ਮੈਨੂੰ ਪਤਾ ਲੱਗਿਆ ਕਿ ਯਾਰ ਵੀ ਅੰਬਰਦੀਪ ਬਾਈ ਆ ਜਗਦੀਪ ਸਿੱਧੂ ਨਰੇਸ਼ ਕਤੂਰੀਆ ਵੀ ਇਹ ਬਹੁਤ ਤਕੜੇ ਰਾਈਟਰ ਨੇ ਵੀ ਇਹ ਸਭ ਤੋਂ ਟੌਪ 'ਤੇ ਨੇ ਅਤੇ ਉਦੋਂ ਐਂ ਹੀ ਮਨ 'ਚ ਇੱਕ ਥੋਟ ਆਇਆ ਕਿ ਯਾਰ ਜਗਦੀਪ ਬਾਈ ਨਾਲ ਜੇ ਫਿਲਮ ਹੋ ਜੇ ਮਿਲ ਜੇ ਅਤੇ ਪਰ ਐਂ ਲੱਗਦਾ ਸੀ ਕਿ ਯਾਰ ਇਹ ਸਿਰਫ ਸੁਪਨਾ ਜਿਹਾ ਹੀ ਹੈ ਐਵੇਂ ਕਿਵੇਂ ਉਹ ਤਾਂ ਇਜ਼ ਵੈਰੀ ਬਿਜ਼ੀ ਹੈ ਨਾ ਅਤੇ ਉਦੋਂ ਪ੍ਰਿਯੰਕਾ ਚੋਪੜਾ ਪ੍ਰੋਡਕਸ਼ਨ ਹਾਊਸ ਨੇ ਸਾਨੂੰ ਅਪਰੋਚ ਕੀਤਾ ਸਾਡੇ ਲਈ ਬਹੁਤ ਵੱਡੀ ਗੱਲ ਸੀਗੀ ਕਿ ਯਾਰ ਪ੍ਰਿਯੰਕਾ ਚੋਪੜਾ ਪ੍ਰੋਡਕਸ਼ਨ ਹਾਊਸ ਅਤੇ ਉਹਨਾਂ ਨੇ ਮੈਨੂੰ ਸਾਈਨ ਕੀਤਾ ਇੱਕ ਫਿਲਮ ਲਈ ਅਤੇ ਉਹ ਫਿਲਮ ਉਨੀ ਦਿਨੀ ਮਾਰਚ 'ਚ ਮਤਲਬ ਜਨਵਰੀ 'ਚ ਡਾਇਮੰਡ ਆਇਆ ਫਰਵਰੀ 'ਚ ਉਹਨਾਂ ਨੇ ਅਪਰੋਚ ਕੀਤਾ ਸੀ ਅਫਕੋਰਸ ਸਾਨੂੰ ਤਾਂ ਐਂ ਸੀ ਯਾਰ ਪ੍ਰਿਯੰਕਾ ਚੋਪੜਾ ਪ੍ਰੋਡਕਸ਼ਨ ਹਾਊਸ ਦਾ ਤਾਂ ਬਹੁਤ ਤਕੜੀ ਗੱਲ ਹੋਊਗੀ ਅਤੇ ਮਾਰਚ 'ਚੋਂ ਫਿਲਮ ਸ਼ੁਰੂ ਹੋਈ ਅਤੇ 2 ਦਿਨ ਸ਼ੂਟ ਹੋਈ ਅਤੇ ਬੰਦ ਹੋ ਗਈ ਦੂਜੇ ਦਿਨ ਬੰਦ ਹੋ ਗਈ ਬਹੁਤ ਟੈਕਨੀਕਲ ਫਲੋਜ਼ ਸੀਗੇ ਉਹਦੇ 'ਚ ਅਤੇ ਮੈਂ ਨਾ ਬਹੁਤ ਜਿਵੇਂ ਮੈਂ ਕਿਹਾ ਯਾਰ ਸਾਲਾ ਮੇਰੀ ਕਿਸਮਤ ਕੈਸੀ ਹੈ ਹਰ ਥਾਂ 'ਤੇ ਫਸ ਜਾਂਦੀ ਹੈ ਅਤੇ ਮੈਂ ਉਦੋਂ ਨਾ ਐਂ ਅਸੀਂ ਚੰਡੀਗੜ੍ਹ ਸੀਗੇ ਸੈਕਟਰ 22 ਦੀ ਮਾਰਕੀਟ 'ਚ ਅਤੇ ਮੈਨੂੰ ਆਪਣੇ ਵਿਰਾਸਤ ਫਿਲਮ ਵਾਲੇ ਜਰਨੈਲ ਭਾਈ ਦਾ ਫੋਨ ਆਇਆ ਅਤੇ ਕਹਿੰਦੇ ਕਿ ਮੈਂ ਜਰਨੈਲ ਸਿੰਘ ਬੋਲਦਾ ਵਿਰਾਸਤ ਫਿਲਮਸ ਤੋਂ ਅਤੇ ਅਸੀਂ ਤੁਹਾਨੂੰ ਮਿਲਣਾ ਐਮੀ ਬਾਈ ਪ੍ਰੋਡਿਊਸ ਕਰ ਰਹੇ ਹੈ ਫਿਲਮ ਅਤੇ ਜਗਦੀਪ ਸਿੱਧੂ ਨੇ ਤੁਹਾਨੂੰ ਮਿਲਣਾ ਅਤੇ ਮੈਨੂੰ ਨਹੀਂ ਸੀ ਪਤਾ ਵੀ ਵਿਰਾਸਤ ਫਿਲਮ ਵਾਲੇ ਜਰਨੈਲ ਭਾਅ ਜੀ ਕੌਣ ਨੇ ਤਾਂ ਮੈਂ ਕਿਹਾ ਠੀਕ ਹੈ ਭਾਅ ਜੀ ਉਸ ਦਿਨ ਮੇਰੀ ਫਿਲਮ ਬੰਦ ਹੋਈ ਔਰ ਉਸ ਦਿਨ ਮੇਰੀ ਮੈਨੂੰ ਤੁਹਾਡੀ ਟੀਮ ਤੋਂ ਕਾਲ ਆਈ ਤਾਂ ਮੈਂ ਜਦੋਂ ਕਾਮਾ ਹੋਟਲ ਗਿਆ ਮਿਲਣ
ਤੇ ਮੈਂ ਦੂਰੋਂ ਦੇਖਿਆ ਜਰਨੈਲ ਭਾਜੀ ਨੂੰ ਤਾਂ ਮੇਰੇ ਲਈ ਜਰਨੈਲ ਭਾਜੀ ਵੀ ਸਟਾਰ ਸੀਗੇ ਵੀ ਐਂ ਬੰਦਾ ਸੀ ਯਾਰ ਇਹ ਤਾਂ ਬਹੁਤ ਫਿਲਮਾਂ ਚ ਆਉਂਦਾ ਹੈ ਬਹੁਤ ਸੈਲੀਬ੍ਰਿਟੀਜ਼ ਨਾਲ ਦਿਲਜੀਤ ਭਾਜੀ ਦੀ ਸਨੈਪ ਤੇ ਦੇਖਿਆ ਸੀ ਐਮੀ ਬਾਈ ਦੀ ਸਨੈਪ ਤੇ ਦੇਖਿਆ ਸੀ ਤਾਂ ਉਦੋਂ ਮੈਨੂੰ ਲੱਗਿਆ ਮੈਂ ਕਿਹਾ ਯਾਰ ਇਹ ਬੰਦੇ ਤਾਂ ਠੀਕ ਨੇ ਸੱਚ ਬੋਲ ਰਿਹਾ ਬੰਦਾ ਪਹਿਲਾਂ ਲੱਗਿਆ ਕਿ ਯਾਰ ਝੂਠ ਨਾ ਮਾਰਦਾ ਹੋਵੇ ਕਿਤੇ ਫਿਰ ਉਦੋਂ ਮੈਂ ਦੇਖਿਆ ਸੀ ਐਮ ਐਂਟਰ ਕੀਤੇ ਤਾਂ ਸਾਹਮਣੇ ਐਮੀ ਬਾਈ ਸਕੂਟਰ ਲਾ ਰਹੇ ਆ ਕਿਸਮਤ ਦੇ ਸ਼ੂਟ ਤੋਂ ਸਿੱਧਾ ਸਕੂਟਰ ਤੇ ਆ ਗਏ ਸੀ ਹਾਂ ਤੁਸੀਂ ਪਿੱਛੇ ਬੈਠੇ ਸੀ ਬੈਠੇ ਸੀ ਤੇ ਜਿਵੇਂ ਬਹੁਤ ਕੁਛ ਅਜੀਬ ਲੱਗਦਾ ਨਾ ਬੰਦੇ ਨੂੰ ਕਿ ਯਾਰ ਐਮੀ ਬਾਈ ਸਕੂਟਰ ਤੇ ਜਰਨੈਲ ਮੈਂ ਐਂ ਦੁਨੀਆ ਜੀ ਮੈਂ ਕਿਹਾ ਯਾਰ ਸੁਪਨਾ ਤਾਂ ਨਹੀਂ ਕਿਤੇ ਫਿਰ ਅਫਕੋਰਸ ਆਪਾਂ ਮਿਲੇ ਉਦੋਂ ਫਿਰ ਤੁਸੀਂ ਕਿਹਾ ਕਿ ਆਪਾਂ ਫਿਲਮ ਕਰਦੇ ਹਾਂ ਸੁਰਖੀ ਬਿੰਦੀ ਅਤੇ ਆਪਾਂ ਸੋਨਮ ਬਾਜਵਾ ਲਾ ਲਾਂਗੇ ਮੈਂ ਕਿਹਾ ਹੈਲੋ ਕੀ ਹੋ ਰਿਹਾ ਅਤੇ ਫਿਰ ਮੈਂ ਬਹੁਤ ਐਕਸਾਈਟਿਡ ਹੋ ਗਿਆ ਕਿ ਉਦੋਂ ਆਪਣੀ ਸੁਰਖੀ ਬਿੰਦੀ ਲੌਕ ਹੋ ਗਈ ਸੀ ਫਿਰ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਤੁਸੀਂ ਛੜਾ ਕਰ ਰਹੇ ਹੋ ਅਤੇ ਆਪਾਂ ਸੁਰਖੀ ਬਿੰਦੀ ਨਹੀਂ ਕਰ ਰਹੇ ਅਤੇ ਉਹਨਾਂ ਦਿਨਾਂ 'ਚ ਮੈਂ ਪ੍ਰੋਪਰਲੀ ਐਕਟਿੰਗ ਕਲਾਸਿਸ ਲੈਣੀਆਂ ਸ਼ੁਰੂ ਕੀਤੀਆਂ ਮਤਲਬ ਜਿਹੜੇ ਮੇਰੇ ਥੀਏਟਰ ਵਾਲੇ ਸੀਗੇ ਜਿਹਨਾਂ ਨਾਲ ਮੈਂ ਕਾਲਜ ਥੀਏਟਰ ਕਰਦਾ ਸੀ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਯਾਰ ਮੈਂ ਕੀ ਕਰਾਂ ਹੁਣ ਮੈਨੂੰ ਫਿਲਮ ਮਿਲੀ ਆ ਅਤੇ ਹਾਲਾਂਕਿ ਮੈਨੂੰ ਪਤਾ ਨਹੀਂ ਸਟੋਰੀ ਕੀ ਆ ਫਿਲਮ ਦੀ ਆ ਕੀ ਕਰਨਾ ਪਰ ਮੈਂ ਐਕਟਿੰਗ ਸਟਾਰਟ ਕਰਤੀ ਪ੍ਰੋਪਰ ਸਿੱਖਣੀ ਅਤੇ ਉਦੋਂ ਫਿਰ ਮੈਨੂੰ ਸਡਨਲੀ ਪਤਾ ਲੱਗਿਆ ਕਿ ਆਪਾਂ ਫਿਲਮ ਨਹੀਂ ਕਰ ਰਹੇ ਅਤੇ ਉਦੋਂ ਆਪਾਂ ਅਨਾਊਂਸ ਕਰਤੀ ਸੀ ਫਿਲਮ ਪਰ ਆਫਟਰ ਦੈਟ ਆਪਾਂ ਲੱਗਿਆ ਕਿ ਨਹੀਂ ਕਰਦੇ ਅਤੇ ਫਿਰ ਸਡਨਲੀ ਗੁੱਡੀਆਂ ਪਟੋਲੇ ਪਲੈਨ ਹੋਈ ਤੁਸੀਂ ਕੀਤੀ ਅਤੇ ਹਾਂ ਮੇਰੇ ਲਈ ਉਹ ਮੈਸੇਜਿਸ ਤੁਹਾਡੇ ਤੁਸੀਂ ਕਿਹਾ ਕਿ ਯਾਰ ਮੈਂ ਕਰੂੰਗਾ ਜਿਵੇਂ ਮਰਜ਼ੀ ਕਰਾਂ ਮੈਨੂੰ ਯਾਦ ਆਇਆ ਤੁਸੀਂ ਕਿਹਾ ਕਿ ਮੈਂ ਛੜਾ 'ਚ ਬਹੁਤ ਬਿਜ਼ੀ ਹਾਂ ਤੁਸੀਂ ਲੈਪਟੋਪ ਦੀ ਫੋਟੋ ਭੇਜੀ ਮੈਨੂੰ ਕਿਹਾ ਦੇਖ ਮੈਂ ਲਿਖ ਰਿਹਾ ਟੈਨਸ਼ਨ ਨਾ ਲੈ ਅਤੇ ਹਾਂ ਉਹ ਆਈ ਥਿੰਕ ਕਿ ਕਿਸੇ ਬੰਦੇ ਲਈ ਉਹ ਕਿਸੇ ਅਵਾਰਡ ਤੋਂ ਘੱਟ ਨਹੀਂ ਗਾ ਖਾਸ ਕਰਕੇ ਜਦੋਂ ਆਪਦੇ ਕਰੀਅਰ ਦੇ ਉਸ ਫੇਜ਼ 'ਚ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ ਕਿ ਤੁਸੀਂ ਇੱਕ ਨਵੇਂ ਮੁੰਡੇ ਨੂੰ ਮੌਕਾ ਦਿੱਤਾ ਉਹਨੂੰ ਕਿ ਵਧੀਆ ਰਾਈਟ ਫਿਲਮ ਪਲੇਸ ਮਿਲੀ ਐਮੀ ਬਾਈ ਦਾ ਮੈਂ ਹਮੇਸ਼ਾ ਆਈ ਥਿੰਕ ਕਿ ਤੁਹਾਡਾ ਅਤੇ ਐਮੀ ਬਾਈ ਦਾ ਮੈਂ ਕਦੀ ਦੇਣ ਨਹੀਂ ਦੇ ਸਕਦਾ ਕਿ ਮੇਰੀ ਫਿਲਮ ਪ੍ਰੋਡਿਊਸ ਕੀਤੀ ਪਹਿਲੀ ਫਿਲਮ ਸ਼ਾਇਦ ਮੇਰੀ ਕੋਈ ਗਲਤ ਫਿਲਮ ਆ ਜਾਂਦੀ ਪਹਿਲੀ ਤਾਂ ਕਰੀਅਰ ਹੋਰ ਤਰ੍ਹਾਂ ਚੱਲਦਾ ਸੋ ਆਮ ਵੈਰੀ ਥੈਂਕਫੁੱਲ ਇਹਦੇ ਲਈ ਤਾਂ ਮੈਂ ਤੁਹਾਨੂੰ ਹਮੇਸ਼ਾ ਔਨ ਸਕਰੀਨ ਵੀ ਔਰ ਆਫ ਸਕਰੀਨ ਵੀ ਮੈਂ ਬਹੁਤ ਰਿਣੀ ਹਾਂ ਤੁਹਾਡਾ ਦੋਨਾਂ ਦਾ ਕਿ ਤੁਸੀਂ ਮੈਨੂੰ ਇਹ ਦੁਨੀਆ ਵਿਖਾਈ ਐਕਚੁਲੀ ਤਾਂ ਜਿਵੇਂ ਹੁਣ ਉਹੀ ਮੈਂ ਕਹਿੰਦਾ ਕਿ ਜੋ ਹੋਣਾ ਹੁੰਦਾ ਉਹ ਹੋਣਾ ਹੀ ਹੁੰਦਾ ਅਸੀਂ ਕਿਸਮਤ ਸ਼ੂਟ ਕਰ ਰਹੇ ਸੀ ਤਾਂ ਕਿਉਂਕਿ ਤੁਸੀਂ ਜੇ ਪਹਿਲੀ ਫਿਲਮ ਹੀ ਇੱਕ ਉਸ ਲੀਕ 'ਚ ਕਰ ਰਹੇ ਹੋ ਹੈ ਨਾ ਐਮੀ ਵੀਰੇ ਨਾਲ ਅਤੇ ਮੈਨੂੰ ਇਹ ਸੀਗਾ ਕਿ ਮੈਂ ਹੁਣ ਇਸੇ ਰੇਂਜ 'ਚ ਖੇਡੂੰਗਾ ਕਿ ਲਾਈਕ ਐਮੀ ਹੈ ਜਾਂ ਦਿਲਜੀਤ ਭਾਈ ਗਿੱਪੀ ਵੀਰਾ ਈਜ਼ੀਲੀ ਮੈਨੂੰ ਸੀਗਾ ਕਿ ਐਕਸੈਸੇਬਲ ਹੈ ਅਤੇ ਕਿਸੇ ਨਾਲ ਵੀ ਮੈਂ ਫਿਲਮ ਕਰ ਸਕਦਾ ਤਾਂ ਮੈਨੂੰ ਉਦੋਂ ਐਂ ਸੀਗਾ ਕਿ ਯਾਰ ਵੀ ਜੇ ਮੈਂ ਇੱਥੇ ਹੀ ਰਹਿ ਗਿਆ ਨਾ ਤਾਂ ਫਿਰ ਸ਼ਾਇਦ ਮੈਂ ਆਪਦੇ ਤਰੀਕੇ ਨਾਲ ਨਹੀਂ ਫਿਲਮਾਂ ਬਣਾ ਪਾਊਂਗਾ ਮਤਲਬ ਜੋ ਕਹਾਣੀ ਮੈਂ ਕਹਿਣੀ ਚਾਹੁੰਦਾ ਔਰ ਰੁਪਿੰਦਰ ਦੀ ਸੁਰਖੀ ਬਿੰਦੀ ਬਹੁਤ ਟਾਈਮ ਤੋਂ ਉਹਦੀ ਹੈਲਪ ਆਊਟ ਕਰ ਰਿਹਾ ਸੀ ਮੈਂ ਕਿਤੇ ਬਣ ਜੇ ਤਾਂ ਸੋਨਮ ਨੂੰ ਉਹ ਕਹਾਣੀ ਪਸੰਦ ਆ ਗਈ ਸੀ ਬਟ ਹੀਰੋ ਕੋਈ ਸੈੱਟ ਨਹੀਂ ਹੋ ਰਿਹਾ ਸੀ ਉਸ ਫਿਲਮ 'ਤੇ ਅਤੇ ਅਸੀਂ ਐਲੈਂਟੇ ਸ਼ੂਟ ਕਰ ਰਹੇ ਸੀ ਗਾਣਾ ਮੈਨੂੰ ਯਾਦ ਆ ਅਤੇ ਉਹਨਾਂ ਦਿਨਾਂ 'ਚ ਡਾਇਮੰਡ ਆਇਆ ਸੀ ਅਤੇ ਉਹ ਬਹੁਤ ਵੱਜ ਰਿਹਾ ਸੀਗਾ ਅਤੇ ਅਸੀਂ ਉੱਥੇ ਬੈਠੇ ਐਲੈਂਟੇ ਤਾਂ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਆਇਆ ਕਿ ਨਾ ਇੱਕ ਫੋਟੋ ਮਿਲ ਗਈ ਮੈਨੂੰ ਉਹ ਲਿਪਸਟਿਕ ਦੀ ਅਤੇ ਮੈਂ ਕਿਹਾ ਯਾਰ ਉਹ ਟਾਈਟਲ ਵੀ ਨਹੀਂ ਸੀ ਉਸ ਫਿਲਮ ਦਾ ਸੁਰਖੀ ਬਿੰਦੀ ਤਾਂ ਮੈਨੂੰ ਨਾ ਸਡਨਲੀ ਰਿਲੇਟ ਕੀਤਾ ਕਿ ਉਸ ਫਿਲਮ ਦਾ ਟਾਈਟਲ ਹੋ ਸਕਦਾ ਸੁਰਖੀ ਬਿੰਦੀ ਅਤੇ ਮੈਂ ਰੁਪਿੰਦਰ ਨੂੰ ਕਿਹਾ ਮੈਂ ਕਿਹਾ ਯਾਰ ਉੱਥੇ ਬੈਠੇ ਮੈਂ ਫੋਨ 'ਤੇ ਪੋਸਟਰ ਬਣਾਇਆ ਉਹ ਅਤੇ ਹਜੇ ਐਮੀ ਸ਼ੂਟ 'ਤੇ ਆਇਆ ਨਹੀਂ ਸੀਗਾ ਮੈਂ ਪੋਸਟਰ ਬਣਾਇਆ ਰੁਪਿੰਦਰ ਨੂੰ ਭੇਜਿਆ ਮੈਂ ਕਿਹਾ ਯਾਰ ਤੇਰੀ ਫਿਲਮ ਦਾ ਟਾਈਟਲ ਸੁਰਖੀ ਬਿੰਦੀ ਬਹੁਤ ਵਧੀਆ ਹੋ ਸਕਦਾ ਅਤੇ ਮੇਰੇ ਮਨ 'ਚ ਪਤਾ ਨਹੀਂ ਕੀ ਆਇਆ ਮੈਂ ਕਿਹਾ ਯਾਰ ਗੁਰਨਾਮ ਨਾ ਕਰਦੇ ਹੈ ਸੋਨਮ ਹੈ ਡਨ ਅਤੇ ਮੈਂ ਉੱਥੇ ਬੈਠੇ ਹੀ ਉਹ ਪੋਸਟਰ 'ਤੇ ਆਲਰੇਡੀ ਪਹਿਲਾਂ ਹੀ ਨਾਮ ਲਿਖ ਲਏ ਅਤੇ ਲਿਖ ਕੇ ਮੈਂ ਰੁਪਿੰਦਰ ਨੂੰ ਭੇਜਿਆ ਉਹਨੂੰ ਵੀ ਕਿਸੇ ਨੇ ਕਿਹਾ ਵੀ ਕਿ ਤੈਨੂੰ ਪੁੱਛਿਆ ਹੀ ਨਹੀਂ ਤੇਰੀ ਸਟੋਰੀ ਹੈ ਹੈ ਨਾ ਜੋ ਆਲਤੂ ਫਾਲਤੂ ਕੰਮ ਹੁੰਦੇ ਔਰ ਐਮੀ ਸੈੱਟ 'ਤੇ ਆਇਆ ਤਾਂ ਮੈਂ ਉਹਨੂੰ ਪੋਸਟਰ ਹੀ ਦਿਖਾਇਆ ਅਤੇ ਉਹ ਕਹਿੰਦਾ ਚੱਲ ਮੈਂ ਪ੍ਰੋਡਿਊਸ ਕਰੂੰਗਾ ਅਤੇ ਐਂ ਕਰਕੇ ਫਿਰ ਅਸੀਂ ਉਦੋਂ ਇੱਕ ਦੋ ਦਿਨਾਂ ਬਾਅਦ ਹੀ ਆਪਾਂ ਮਿਲੇ ਸੋ ਮਤਲਬ ਬਹੁਤਾ ਜ਼ਿਆਦਾ ਮੈਂ ਉਹ ਸੋਚਿਆ ਨਹੀਂ ਕਿ ਕਿਉਂ ਫਿਲਮ ਕਰਨੀ ਸੀ ਔਰ ਫਿਰ ਉਹ ਪਹਿਲਾਂ ਫਿਲਮ ਹੋਈ ਵੀ ਨਹੀਂ ਬਾਅਦ 'ਚ ਦੂਜੀ ਹੋਈ ਅਤੇ ਕਈ ਵਾਰੀ ਕਈ ਕੰਮ ਮੈਨੂੰ ਲੱਗਦਾ ਕਿ ਹੋਣੇ ਹੀ ਹੁੰਦੇ ਆ ਅਤੇ ਫਿਰ ਹੋ ਜਾਂਦੇ ਕੋਈ ਰੀਜ਼ਨ ਨਹੀਂ ਹੁੰਦਾ ਵੀ ਉਹ ਕਿਆ ਤੋਂ ਹੁੰਦੇ ਆ ਹਾਂ ਮੈਨੂੰ ਵੀ ਐਂ ਲੱਗਦਾ ਕਿ ਯਾਰ ਆਪਾਂ ਨਾ ਆਪਾਂ ਸਾਰੇ ਬਹੁਤ ਸਿਆਣੇ ਬਣਦੇ ਹਾਂ ਆਪਦੀ ਦੁਨੀਆ 'ਚ ਆਪਾਂ ਲੱਗਦਾ ਯਾਰ ਮੈਨੂੰ ਸਾਰਾ ਕੁਛ ਪਤਾ ਪਰ ਮੈਂ ਹੁਣ ਮੈਨੂੰ ਐਂ ਲੱਗਣ ਲੱਗਿਆ ਯਾਰ ਆਪਾਂ ਨੂੰ ਕੁਛ ਨਹੀਂ ਪਤਾ ਜਿਹੜਾ ਚੰਗਾ ਹੋਇਆ ਆਪਾਂ ਨੂੰ ਤਾਂ ਉਹ ਵੀ ਨਹੀਂ ਸੀ ਪਤਾ
ਤਾਂ ਫਿਰ ਜੇ ਚੰਗਾ ਨਹੀਂ ਪਤਾ ਤਾਂ ਆਪਾਂ ਨੂੰ ਮਾੜਾ ਕਿਵੇਂ ਪਤਾ ਹੋ ਸਕਦਾ? ਜੋ ਮਾੜਾ ਹੁੰਦਾ ਉਹ ਵੀ ਸਾਡੇ ਨਾਲ ਹੀ ਚੱਲ, ਉਹ ਵੀ ਪਹਿਲਾਂ ਹੀ ਲਿਖਿਆ ਹੁੰਦਾ। ਤਾਂ ਮੈਂ ਸ਼ੁਰੂ ਤੋਂ ਡੈਸਟੀਨੀ ਵਰਡ 'ਚ ਬਹੁਤ ਬਿਲੀਵ ਕਰਦਾ। ਜਿਹੜਾ ਫਾਜ਼ਿਲਕਾ ਦੇ ਵਿੱਚ ਅਸੀਂ ਪਹਿਲਾਂ ਥੀਏਟਰ ਗਰੁੱਪ ਬਣਾਇਆ ਸੀਗਾ, ਉਹਦਾ ਨਾਮ ਵੀ ਡੈਸਟੀਨੀ ਸੀ, ਅਤੇ ਡੈਸਟੀਨੀ ਥੀਏਟਰ ਗਰੁੱਪ। ਤਾਂ ਮੈਨੂੰ ਉਦੋਂ ਤੋਂ ਐਂ ਲੱਗਦਾ ਕਿ ਯਾਰ ਹਰ ਚੀਜ਼ ਪਹਿਲਾਂ ਹੀ ਲਿਖੀ ਹੈ, ਤੁਸੀਂ ਜਿੱਥੇ ਡਿੱਗਣਾ ਉੱਥੇ ਡਿੱਗਣਾ ਹੀ ਹੈ। ਤੁਹਾਨੂੰ ਕਈ ਵਾਰੀ ਕੁਛ ਚੀਜ਼ਾਂ ਦੀ ਸਮਝ ਬੁਰੇ ਵਕਤ ਤੋਂ ਬਾਅਦ ਪਤਾ ਲੱਗਦੀ ਹੈ, ਚੰਗੇ 'ਚ ਨਹੀਂ ਪਤਾ ਲੱਗਦੀ। ਕਈ ਚੀਜ਼ਾਂ ਤੁਹਾਨੂੰ ਜਦੋਂ ਮਿਲਦੀਆਂ ਤਾਂ ਤੁਹਾਨੂੰ ਰਿਲਾਈਜ਼ ਹੁੰਦਾ ਕਿ ਯਾਰ ਉਹ ਵਧੀਆ ਸੀ, ਇਹ ਮਾੜੀਆਂ। ਸੋ ਇਹ ਚੀਜ਼ਾਂ ਚੱਲਦੀਆਂ ਹੈ। ਤਾਂ ਫਿਲਮਾਂ ਦਾ ਕੈਰੀਅਰ ਸ਼ੁਰੂ ਹੁੰਦਾ ਹੈ ਨਾਲ ਤੁਸੀਂ, ਕਿਉਂਕਿ ਮੋਸਟ ਆਫ ਦਾ ਸਿੰਗਰ ਜਦੋਂ ਫਿਲਮਾਂ 3-4 ਸਹੀ ਪੈ ਜਾਣ ਸ਼ੋਜ਼ ਬੰਦ ਕਰ ਦਿੰਦੇ ਆ। ਤੁਸੀਂ ਅੱਜ ਵੀ ਕੰਟੀਨਿਊ ਵਿਆਹਾਂ ਦੇ ਸ਼ੋਅ ਵੀ ਲਾਉਂਦੇ ਹੈ ਅਤੇ ਦੂਜੇ ਵੀ ਸ਼ੋਅ ਲਾਉਂਦੇ ਆ, ਹੈ ਨਾ, ਉਹਦਾ ਕੀ ਰੀਜ਼ਨ ਹੈ ਤੁਸੀਂ ਬੰਦ ਨਹੀਂ ਕਰੇ? ਮੈਂ ਹਮੇਸ਼ਾ ਸਿੰਗਰ ਹੀ ਰਹੂੰਗਾ। ਮੈਨੂੰ ਇੰਝ ਲੱਗਦਾ ਕਿ ਹੁਣ ਵੀ ਮੈਂ ਬਹੁਤ ਸਾਰੇ ਆਰਟਿਸਟਾਂ ਨੂੰ ਦੇਖਦਾ, ਤਾਂ ਜਿਵੇਂ ਫੋਰ ਐਗਜ਼ਾਮਪਲ ਗਿੱਪੀ ਬਾਈ ਨੇ, ਉਹਨਾਂ ਦੀ ਸਕਸੈਸ ਨੂੰ ਦੇਖਦਾ ਹਾਂ, ਸਕ੍ਰਿਪਟ ਚੂਜ਼ ਕਰਨ ਦੀ ਐਬਿਲਿਟੀ ਨੂੰ ਦੇਖਦਾ, ਫਿਲਮਾਂ ਖੜੀਆਂ ਕਰਨੀਆਂ ਆ, ਜਿੰਨੇ ਵੀ ਬੰਦੇ ਆ, ਵੱਡੇ ਬੰਦੇ ਆ। ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਯਾਰ ਮੈਂ ਇੱਕ ਵਧੀਆ ਐਕਟਰ ਤਾਂ ਹੋ ਸਕਦਾ, ਪਰ ਮੈਂ ਕੋਈ ਵਧੀਆ ਬਿਜ਼ਨਸਮੈਨ ਨਹੀਂ ਹੈਗਾ, ਜਾਂ ਮੈਨੂੰ ਅਜੇ ਨਹੀਂ ਸਮਝ ਆਉਂਦੀ, ਕਿਉਂਕਿ ਅਜੇ ਮੈਂ ਬਲਾਈਂਡ ਹਾਂ ਬਹੁਤ, ਕਿ ਮੈਨੂੰ ਇੱਕ ਵਧੀਆ ਰਾਈਟਰ ਮਿਲੂਗਾ, ਵਧੀਆ ਡਾਇਰੈਕਟਰ ਮੇਰੇ ਤੋਂ ਕੰਮ ਕਰਾਊਗਾ, ਉਹ ਫਿਲਮ ਨੂੰ ਵਧੀਆ ਪਲੇਸ ਕੀਤਾ ਜਾਊਗਾ, ਤਾਂ ਹੀ ਮੇਰੀ ਫਿਲਮ ਚੱਲੂਗੀ। ਮਤਲਬ ਮੇਰੇ 'ਚ ਕੋਈ ਐਸੀ ਗੱਲਬਾਤ ਹੈ ਨਹੀਂ ਗੀ ਕਿ ਮੈਂ ਆਪਦੇ ਦਮ 'ਤੇ ਫਿਲਮ ਨੂੰ ਖੇਡ ਲਾਂ, ਉਹ ਕੌਨਫੀਡੈਂਸ ਮੈਨੂੰ ਅਜੇ ਤੱਕ ਆਪਣੇ ਆਪ 'ਤੇ ਨਹੀਂ ਆਇਆ। ਹਾਂ, ਮੈਨੂੰ ਹੁੰਦਾ ਕਿ ਜਦੋਂ ਮੈਨੂੰ ਕੋਈ ਚਾਂਸ ਜਿਵੇਂ ਮੈਨੂੰ ਲੇਖ 'ਚ ਮਿਲਿਆ ਕਿ ਉੱਥੇ ਮੈਂ ਆਪਦੀ ਪੂਰੀ ਵਾਹ ਲਾ ਦਿੰਦਾ ਕਿ ਭਾਵੇਂ ਮੈਨੂੰ ਮਰਨਾ ਵੀ ਪੈ ਜਾਵੇ, ਹੈ ਨਾ, ਮਰ ਕੇ ਜੰਮਣ ਤੱਕ ਵੀ ਮੈਂ ਜਾਂਦਾ। ਪਰ ਮੈਨੂੰ ਮਿਊਜ਼ਿਕ 'ਚੋਂ ਕੌਨਫੀਡੈਂਸ ਹਮੇਸ਼ਾ ਰਹਿੰਦਾ ਆਪਦੇ ਆਪ 'ਤੇ ਕਿ ਯਾਰ, ਬਹੁਤ ਵਾਰ ਅਸੀਂ ਜਿਵੇਂ ਹੁਣ ਮੈਂ ਯੂਰਪ ਟੂਰ ਲਾਇਆ, ਅਤੇ 3 ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਸਾਡੇ ਮਿਊਜ਼ੀਸ਼ੀਅਨ 'ਚੋਂ ਕਿਸੇ ਦਾ ਵੀਜ਼ਾ ਨਹੀਂ ਆਇਆ, ਸਿਰਫ ਮੇਰਾ ਵੀਜ਼ਾ ਆਇਆ। ਅਤੇ ਮੇਰੇ ਪ੍ਰਮੋਟਰ ਨੇ ਕਿਹਾ ਕਿ ਭਾਅ ਜੀ ਯਾਰ ਮੈਂ ਟਿਕਟਾਂ ਵੇਚ ਚੁੱਕਿਆ ਸਾਰੀਆਂ, ਤਾਂ ਮੈਨੂੰ ਬਹੁਤ ਨੁਕਸਾਨ ਹੋ ਜਾਣਾ ਜੇ ਤੁਸੀਂ ਨਾ ਆਏ ਤਾਂ। ਤਾਂ ਮੈਂ ਕਿਹਾ ਬਾਈ ਕੋਈ ਨਹੀਂ, ਵੀ ਮੈਂ ਆਊਂਗਾ। ਅਤੇ ਮੇਰੀ ਜਿਹੜੀ ਟੀਮ ਵਾਲੇ ਸੀਗੇ, ਜਸ ਕਹਿੰਦਾ ਵੀ ਭਾਅ ਜੀ ਮਿਊਜ਼ੀਸ਼ੀਅਨ ਤਾਂ ਹੈ ਨਹੀਂ, ਤੁਸੀਂ ਗਾਓਗੇ ਕਿਹਦੇ ਨਾਲ? ਮੈਂ ਕਿਹਾ ਯਾਰ ਕੋਈ ਨਹੀਂ, ਮੈਂ ਗਾ ਲੂੰਗਾ। ਔਰ ਹਾਲਾਂਕਿ ਮੇਰੇ ਕੋਲ ਕੋਈ ਮਿਊਜ਼ੀਸ਼ੀਅਨ ਹੈ ਨਹੀਂ, ਕੋਈ ਮੈਨੂੰ ਪਤਾ ਨਹੀਂ ਵੀ ਕਿਹੜੇ, ਜਿਹੜੇ ਮਿਊਜ਼ੀਸ਼ੀਅਨ ਨਾਲ ਗਾਉਣਾ ਸੀਗਾ ਸ਼ਾਮ ਨੂੰ, ਉਹ ਸਵੇਰੇ ਆਏ ਸਾਡੀ ਰਿਹਰਸਲ 'ਤੇ। ਤਾਂ ਮੈਨੂੰ ਉਹ ਕੌਨਫੀਡੈਂਸ ਹੁੰਦਾ ਕਿ ਯਾਰ ਵੀ ਮੈਂ ਬਿਨਾਂ ਸਾਜ਼ਾਂ ਤੋਂ ਵੀ ਗਾ ਸਕਦਾ, ਔਰ ਬਿਨਾਂ ਸਾਜ਼ਾਂ ਤੋਂ ਵੀ ਮੈਂ 2 ਘੰਟੇ ਸ਼ੋਅ ਇੰਗੇਜ ਕਰ ਸਕਦਾ। ਇਹ ਕੌਨਫੀਡੈਂਸ ਸ਼ਾਇਦ ਅੱਜ 20 ਸਾਲ ਬਾਅਦ ਆਇਆ ਮਿਊਜ਼ਿਕ 'ਤੇ ਉਹ। ਤਾਂ ਮੈਨੂੰ ਹਮੇਸ਼ਾ ਲੱਗਦਾ ਕਿ ਯਾਰ ਜੋ ਮੇਰਾ ਸੁਪਨਾ ਹੈ, ਜਿੰਨੇ ਵੱਡੇ ਸ਼ੋਜ਼ ਮੈਂ ਲਾਉਣੇ ਚਾਹੁੰਦਾ ਹਾਂ, ਤਾਂ ਉਹ ਸੁਪਨਾ, ਮਤਲਬ ਮੇਰਾ ਸੁਪਨਾ ਕਦੀ ਵੀ ਇਹ ਨਹੀਂ ਸੀਗਾ ਕਿ ਯਾਰ ਮੈਂ 100 ਕਰੋੜ ਫਿਲਮ ਦੇਵਾਂ। ਉਹ ਸੁਪਨੇ ਦਾ ਤਾਂ ਹੁਣ ਪਤਾ ਲੱਗਿਆ, ਔਰ ਉਹਦੇ 'ਤੇ ਮੈਂ ਉਨਾ ਜ਼ਿਆਦਾ ਕੰਮ ਵੀ ਨਹੀਂ ਕੀਤਾ। ਵੀ ਮੈਨੂੰ ਲੱਗਦਾ ਕਿ ਯਾਰ ਹਾਂ, ਮਿਊਜ਼ਿਕ ਲਈ ਤਾਂ ਮੈਂ ਪਹਿਲੇ ਦਿਨ ਤੋਂ ਜੀ ਮਰ ਰਿਹਾ, ਤਾਂ ਮੈਂ ਮਿਊਜ਼ਿਕ ਕਿਵੇਂ ਛੱਡ ਸਕਦਾ? ਔਰ ਦੂਸਰਾ, ਸ਼ੋਜ਼, ਵਿਆਹਾਂ ਵਾਲੇ ਸ਼ੋਜ਼ ਦੀ ਗੱਲ ਐਂ ਕਿ ਵਿਆਹਾਂ ਵਾਲੇ ਸ਼ੋਜ਼, ਸਾਡਾ ਸਾਰਾ ਸਿਸਟਮ ਉਹਨਾਂ ਤੋਂ ਚੱਲਦਾ ਕਿ ਮੈਂ ਅੱਜ ਫੁਕਰੀ 'ਚ ਸ਼ੋਜ਼ ਛੱਡਦਿਆਂ, ਅਤੇ ਮੇਰੇ ਕੋਲ ਹੋਰ ਹੈ ਵੀ ਕੀ, ਹੈ ਨਾ, ਮਤਲਬ ਫਿਲਮ ਦਾ ਤਾਂ ਇੱਕ ਉੱਤੇ ਅਤੇ ਇੱਕ ਥੱਲੇ, ਹੈ ਨਾ, ਮਤਲਬ ਫਿਲਮ ਦਾ ਤਾਂ ਜੈਨੂਅਲੀ ਇੰਨਾ ਹੈ ਕਿ ਤੁਹਾਡੀ ਜਿਹੜੇ ਫਰਾਈਡੇ ਫਿਲਮ ਦੀ ਓਪਨਿੰਗ ਲੱਗੀ ਹੁੰਦੀ ਹੈ, ਮਤਲਬ 1 ਅਪ੍ਰੈਲ ਨੂੰ ਸ਼ਾਇਦ ਆਪਣੀ ਆਈ ਸੀ ਲੇਖ, ਤਾਂ ਉਸ ਦਿਨ ਮੈਂ ਸੁਪਰ ਸਟਾਰ ਸੀ, 19 ਮਈ ਨੂੰ ਕੋਕਾ ਆਈ ਤਾਂ ਮੈਂ ਫਲੋਪ ਸੀ, ਹੈ ਨਾ। ਸਰ, ਫਿਲਮਾਂ ਤੁਹਾਨੂੰ ਕਦੀ ਵੀ ਉਹ ਕੌਨਫੀਡੈਂਸ ਨਹੀਂ ਦਵਾਉਂਦੀਆਂ। ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਯਾਰ ਮੈਂ ਸਿੰਗਰ ਹੀ ਹਾਂ, ਉਹ ਕੰਮ ਮੈਂ ਕਰਦਾ ਆ ਰਿਹਾ। ਹਾਂ, ਐਕਟਿੰਗ ਦਾ ਮੈਨੂੰ ਬਹੁਤ ਸ਼ੌਂਕ ਹੈ, ਔਰ ਮੈਂ ਹਮੇਸ਼ਾ, ਮੈਨੂੰ ਜਦੋਂ ਵੀ ਮੌਕਾ ਮਿਲੂਗਾ, ਚੰਗਾ ਮੌਕਾ ਮਿਲ, ਜਿੱਥੇ ਵੀ ਮੌਕਾ ਮਿਲਦਾ, ਮੈਂ ਆਪਦਾ 100% ਦਿੰਦਾ। ਪਰ ਮੈਂ ਫਿਲਮਾਂ ਵਾਲੇ ਜ਼ੋਨ ਨੂੰ ਅਜੇ ਐਂ ਨਹੀਂ, ਮੈਨੂੰ ਲੱਗਦਾ ਯਾਰ ਮੈਂ ਆਪਦੇ ਮੋਢਿਆਂ 'ਤੇ ਨਿਭਾ ਸਕਦਾ ਇਹ ਫਿਲਮ, ਕਿ ਮੈਂ ਬਹੁਤ ਵਧੀਆ ਫਿਲਮ ਪ੍ਰੋਡਿਊਸ ਵੀ ਕਰ ਲਾਂ, ਮੈਂ ਬਹੁਤ ਵਧੀਆ ਫਿਲਮ ਸੈਟਅਪ ਵੀ ਕਰਦਿਆਂ। ਉਹ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਹੈ ਕਿ ਤੁਹਾਨੂੰ ਜਿਹੜੀਆਂ ਵੀ ਆਪਸ਼ਨਸ ਹੁੰਦੀਆਂ, ਤੁਸੀਂ ਉਹਨਾਂ 'ਚੋਂ ਇੱਕ ਬੈਸਟ ਚੂਜ਼ ਕਰ ਲੈਂ, ਚੱਲ ਆਹ ਕਰ ਲੈਂਦੇ। ਬਟ ਮਿਊਜ਼ਿਕ 'ਤੇ ਮੈਨੂੰ ਹਮੇਸ਼ਾ ਇੱਕ ਮਾਣ ਨਹੀਂ ਕਹਿ ਸਕਦੇ, ਪਰ ਕੌਨਫੀਡੈਂਸ ਰਹਿੰਦਾ। ਔਰ ਮੇਰੀ ਨਿੰਮੇ ਬਾਈ ਹੋਰਾਂ ਦਾ ਮੈਂ ਜਿਵੇਂ ਨਾਮ ਲਿਆ ਕਿ ਮੈਂ ਹਮੇਸ਼ਾ, ਮੈਨੂੰ, ਮੈਂ ਕਦੇ ਸੋਚਦਾ ਨਾ ਕਿ ਯਾਰ ਜਦੋਂ ਮੈਂ ਬਹੁਤ ਟੱਚਵੁੱਡ ਕਿ ਮੈਂ ਉਸ ਵੱਡੇ ਲੈਵਲ 'ਤੇ ਹੋ ਗਿਆ, ਤਾਂ ਮੈਨੂੰ ਵਿਆਹਾਂ ਵਾਲੇ ਸ਼ੋਜ਼ ਬੰਦ ਕਰਨੇ ਪਏ, ਤਾਂ ਯਾਰ ਮੈਂ ਇਹਨਾਂ ਦਾ ਕੀ ਬਣੂਗਾ, ਹੈ ਨਾ। ਤਾਂ ਮੈਨੂੰ ਉਹਨਾਂ ਨਾਲ ਵੀ ਮੇਰਾ ਇੱਕ ਰਿਸ਼ਤਾ ਹੈ ਕਿ ਉਹ ਇੰਟਰਨਲ ਹੈ, ਜਦੋਂ ਮੈਂ ਜਾਂਦਾ ਵਿਆਹ ਦੇ ਸ਼ੋਅ 'ਤੇ, ਜਦੋਂ ਖੜ੍ਹੇ ਹੁੰਦੇ ਆ, ਤਾਂ ਉਹਨਾਂ ਨੂੰ ਵੀ ਜਦੋਂ ਉਹਨਾਂ ਨੂੰ ਫੋਨ ਕਰੀਦਾ ਕਿ ਬਾਈ ਆਹ 24 ਫਰਵਰੀ ਲਿਖ ਲਓ, ਤਾਂ ਉਹਨਾਂ ਦਾ ਜੋ ਐਕਸਪ੍ਰੈਸ਼ਨ ਹੁੰਦਾ, ਮੈਨੂੰ ਲੱਗਦਾ ਕਿ ਯਾਰ ਠੀਕ ਹੈ, ਪੈਸੇ ਤਾਂ ਚੱਲੀ ਜਾਣੇ ਆ, ਹੈ ਨਾ, ਪਰ ਇਹ ਰਿਸ਼ਤਾ, ਇਹ ਟੀਮ, ਇਹਨਾਂ ਲਈ ਮੈਂ ਐਕਟਰ ਨਹੀਂ ਗਾ, ਇਹਨਾਂ ਲਈ ਮੈਂ ਸਿੰਗਰ ਹਾਂ।
ਤਾਂ ਮੈਂ ਉਹ ਰਿਸ਼ਤਾ ਨਹੀਂ ਬ੍ਰੇਕ ਕਰਨਾ ਚਾਹੁੰਦਾ ਵੀ ਮੈਂ ਹਮੇਸ਼ਾ ਚਾਹੁੰਦਾ ਕਿ ਮਿਊਜ਼ਿਕ ਵੀ ਨਾਲ ਇੰਨਾ ਹੀ ਚੱਲਦਾ ਰਹੇ ਔਰ ਮੈਂ ਹੁਣ ਵੀ ਮਤਲਬ ਮੈਂ ਰਾਤ ਵੀ 4 ਵਜੇ ਆਇਆ ਤਾਂ ਮੈਂ ਹਰ ਰੋਜ਼ ਮਿਊਜ਼ਿਕ ਬਣਾਉਂਦਾ ਕਿਉਂਕਿ ਉਹ ਮੈਨੂੰ ਆਉਂਦਾ ਮੈਨੂੰ ਫਿਲਮ ਲਿਖਣੀ ਆਉਂਦੀ ਨਹੀਂ ਤਾਂ ਜੋ ਮੈਨੂੰ ਵਧੀਆ ਆਉਂਦਾ ਮੈਂ ਚਾਹੁੰਦਾ ਕਿ ਮੈਂ ਉਹ ਹਮੇਸ਼ਾ ਕਰਦਾ ਰਹਾਂ ਅਤੇ ਮਿਊਜ਼ਿਕ ਦੇ ਨਾਲ ਨਾਲ ਇੱਕ ਚੀਜ਼ ਹੋਰ ਹੈ ਮਤਲਬ ਜੋ ਹੈ ਤੁਹਾਡੀ ਰਾਈਟਿੰਗ ਕਿ ਜੋ ਮੈਨੂੰ ਲੱਗਦਾ ਕਿ ਹਜੇ ਉਸ ਲੈਵਲ 'ਤੇ ਬਾਹਰ ਨਹੀਂ ਆਈ ਜੋ ਤੁਹਾਡਾ ਕੈਲੀਬਰ ਹੈ ਮਾਈਟ ਵੀ ਤੁਹਾਨੂੰ ਓਨਾ ਟਾਈਮ ਵੀ ਨਹੀਂ ਲੱਗਦਾ ਹੋਣਾ ਕਿਉਂਕਿ ਜਿਹੜਾ ਸਾਡਾ ਸੁਰਖੀ ਬਿੰਦੀ ਦਾ ਟਾਈਟਲ ਸੌਂਗ ਹੈ ਨਾ ਉਹ ਮੈਨੂੰ ਐਂ ਲੱਗਦਾ ਹੈ ਕਿ ਸਾਡੀ ਪੰਜਾਬ ਦੀ ਜੇ ਆਪਾਂ ਬੈਸਟ ਰਾਈਟਿੰਗ ਕੱਢੀਏ ਨਾ ਤਾਂ ਉਹ ਐਟਲੀਸਟ ਟੋਪ 10 ਟੋਪ 20 'ਚ ਆਉਂਦਾ ਉਹ ਗਾਣਾ ਮਤਲਬ ਇੰਨੀ ਵਧੀਆ ਰਾਈਟਿੰਗ ਹੈ ਉਸ ਗਾਣੇ ਦੀ ਸੋ ਮੈਨੂੰ ਪਰਸਨਲੀ ਇਹ ਹੈ ਕਿ ਤੁਸੀਂ ਰਾਈਟਿੰਗ ਨੂੰ ਥੋੜ੍ਹਾ ਹੋਰ ਸੀਰੀਅਸਲੀ ਲਓ ਰਾਈਟਿੰਗ ਲਈ ਮੇਰੀ ਸਭ ਤੋਂ ਵੱਡੀ ਕਮੀ ਮੈਨੂੰ ਲੱਗਦਾ ਇੱਕ ਤਾਂ ਇਹ ਰਹੀ ਹੈ ਕਿ ਮੈਂ ਗਾਣਿਆਂ 'ਚ ਨਾਮ ਨਹੀਂ ਪਾਉਂਦਾ ਆਪਦਾ ਕਿਉਂਕਿ ਨਾਮ ਨਾਲ ਸ਼ਾਇਦ ਜਿੰਨੇ ਕੁ ਹਿੱਟ ਬਹੁਤ ਵੱਡੇ ਸ਼ਾਇਰਾਂ ਨੇ ਦਿੱਤੇ ਆ ਤਾਂ ਉਸ ਤੋਂ ਅੱਧੇ ਹਿੱਟ ਮੈਂ ਵੀ ਦਿੱਤੇ ਹੋਣਗੇ ਜਿਵੇਂ ਗੁੱਡੀਆਂ ਪਟੋਲੇ ਜਾਂ ਸੁਰਖੀ ਬਿੰਦੀ ਦੇ ਸਾਰੇ ਗਾਣੇ ਵਿਆਹ ਨਹੀਂ ਕਰਾਉਣਾ ਦੇ ਬਹੁਤ ਵੱਡੇ ਗਾਣੇ ਆ ਵੱਖ ਹੋ ਜਾਣਾ ਸਪੋਟੀਫਾਈ ਦੇ ਟੋਪ ਚਾਰਟ 'ਤੇ ਆ ਤਾਂ ਇਹੋ ਜਿਹੇ ਬਹੁਤ ਗਾਣੇ ਜਿਹੜੇ ਮੈਂ ਲਿਖੇ ਆ ਪਰ ਪਤਾ ਨਹੀਂ ਹੈ ਲੋਕਾਂ ਪਰ ਸਾਰਿਆਂ ਨੂੰ ਪਤਾ ਨਹੀਂ ਗਾ ਕਿਉਂਕਿ ਮੈਂ ਉਹਦੇ 'ਚ ਨਾਮ ਨਹੀਂ ਪਾਉਂਦਾ ਜਦ ਵੀ ਉਹ ਪਹਿਰਾ ਆਉਂਦਾ ਜਿੱਥੇ ਮੈਨੂੰ ਨਾਮ ਮੇਰਾ ਫਿਕਸ ਕਰਨਾ ਪੈਂਦਾ ਤਾਂ ਉੱਥੇ ਇੱਕ ਮੇਰੇ ਅੰਦਰ ਸ਼ਾਇਰ ਹੁੰਦਾ ਅਤੇ ਇੱਕ ਗਾਣੇ ਦੇ ਲਈ ਇਮਾਨਦਾਰ ਬੰਦਾ ਹੁੰਦਾ ਤਾਂ ਉਹ ਕਹਿੰਦਾ ਕਿ ਯਾਰ ਤੂੰ ਖਰਾਬ ਕਰ ਰਿਹਾ ਗਾਣੇ ਨੂੰ ਆਪਦਾ ਨਾਮ ਪਾ ਕੇ ਇੱਥੇ ਲੋੜ ਨਹੀਂ ਗੀ ਕਿਉਂਕਿ ਮੈਂ ਜਦੋਂ ਫਿਲਮਾਂ ਤੋਂ ਬਾਅਦ ਮੈਂ ਗਾਣੇ ਨੂੰ ਇੱਕ ਸਕ੍ਰਿਪਟ ਤਰ੍ਹਾਂ ਲਿਖਦਾ ਕਿ ਇਹ ਸਟੋਰੀ ਹੈ ਅਤੇ ਇਹਦਾ ਕਲਾਈਮੈਕਸ ਵਾਲਾ ਪੈਰਾ ਅਤੇ ਕਲਾਈਮੈਕਸ ਦੇ ਵਿੱਚ ਮੈਨੂੰ ਕਦੇ ਵੀ ਗੁਰਨਾਮ ਭੁੱਲਰ ਫਿੱਟ ਨਹੀਂ ਆਉਂਦਾ ਬਹੁਤ ਘੱਟ ਆਉਂਦਾ ਸ਼ਾਇਦ ਮੈਂ 100 ਗਾਣਾ ਲਿਖਿਆ ਤਾਂ ਇੱਕ ਗਾਣੇ 'ਚ ਆਪਦਾ ਨਾਮ ਪਾਇਆ ਹੋਣਾ ਇੱਕ ਤਾਂ ਮੇਰੀ ਇਹ ਸਭ ਤੋਂ ਵੱਡੀ ਕਮੀ ਹੈ ਕਿ ਮੈਂ ਨਾਮ ਨਹੀਂ ਪਾਉਂਦਾ ਦੂਸਰਾ ਹਾਂ ਕਿ ਮੈਂ ਇੱਕ ਚੀਜ਼ ਮਤਲਬ ਮੈਂ ਸਿੰਗਰ ਕਮਰਸ਼ਲ ਹਾਂ ਪੈਸੇ ਲਈ ਕੰਮ ਗਾਣੇ ਬਣਾਉਂਦਾ ਗਾਣੇ ਪੇਸ਼ ਕਰਦਾ ਫਿਲਮਾਂ ਮੈਂ ਪੈਸੇ ਲਈ ਕਰਦਾ ਹਾਂ ਆਪਦੇ ਆਰਟ ਲਈ ਕਰਦਾ ਜਿਹੜਾ ਮੇਰੇ ਅੰਦਰ ਦਾ ਸ਼ਾਇਦ ਰਾਈਟਰ ਹੈ ਗਾਣੇ ਲਿਖਣ ਵਾਲਾ ਸ਼ਾਇਰ ਹੈ ਜਿਹੜਾ ਉਹ ਕਿਸੇ ਦੀ ਉਹਨੂੰ ਕਿਸੇ ਦੀ ਕੇਅਰ ਨਹੀਂ ਗੀ ਉਹ ਆਪਦੇ ਲਈ ਲਿਖਦਾ ਬਸ ਉਹ ਆਪਦੇ ਸਕੂਨ ਲਈ ਲਿਖਦਾ ਕਿ ਉਹਨੂੰ ਐਂ ਨਹੀਂ ਹੁੰਦਾ ਕਿ ਯਾਰ ਇਹ ਗਾਣਾ ਮੈਂ ਕਿਸੇ ਨੂੰ ਸੁਣਾਵਾਂ ਅਤੇ ਅਗਲਾ ਅੱਗੋਂ ਕਹੇ ਕਿ ਵਾਹ ਕਿਆ ਲਿਖਿਆ ਉਹ ਸ਼ਾਇਰ ਨੂੰ ਇਸ ਚੀਜ਼ ਦੀ ਕੋਈ ਨਹੀਂ ਪਈ ਤਾਂ ਉਹ ਸ਼ਾਇਦ ਮੇਰੇ ਅੰਦਰ ਉਹ ਇੰਟਰਸਟ ਨਹੀਂ ਹੈਗਾ ਕਿ ਮੈਂ ਪ੍ਰੂਵ ਕਰਨਾ ਐਜ਼ ਅ ਰਾਈਟਰ ਉਹ ਮੈਂ ਹੁਣ ਵੀ ਬਹੁਤ ਸਾਰੇ ਗਾਣੇ ਲਿਖਦਾ ਤਾਂ ਹੁਣ ਸਗੋਂ ਮੈਂ ਹੋਰ ਘਟਾ ਤੇ ਰਿਲੀਜ਼ ਕਰਨੇ ਕਿਉਂ ਮੈਨੂੰ ਹੁੰਦਾ ਕਿ ਯਾਰ ਵੀ ਕਿਸੇ ਨੂੰ ਐਂ ਨਾ ਲੱਗੇ ਕਿ ਯਾਰ ਇਹ ਆਪ ਹੀ ਲਿਖੀ ਜਾਂਦਾ ਹਾਂ ਤਾਂ ਉਹ ਹੁਣ ਮੈਂ ਜਿਵੇਂ ਅੱਗੇ ਫਿਲਮਾਂ ਕਦੀ ਵੀ ਕਰ ਰਿਹਾ ਜਾਂ ਗਾਣੇ ਜਿਵੇਂ ਹੁਣ ਮਿਊਜ਼ਿਕ 'ਚ ਤਾਂ ਮੈਂ ਜਮ੍ਹਾਂ ਹੀ ਬੰਦ ਕਰਤੇ ਵੀ ਕਪਤਾਨ ਹੋਰੀ ਲਿਖਦੇ ਆ ਵਿੱਕੀ ਧਾਲੀਵਾਲ ਬਾਈ ਲਿਖਦਾ ਆ ਜਾਂ ਇੱਕ ਨਵਾਂ ਮੁੰਡਾ ਬਲਕਾਰ ਆ ਜਿਹੜੇ ਵੀ ਨਵੇਂ ਮੁੰਡੇ ਆ ਰਹੇ ਮੈਂ ਉਹਨਾਂ ਨਾਲ ਹੀ ਕਰ ਰਿਹਾ ਮੈਂ ਆਪਦੇ ਗਾਣੇ ਨਹੀਂ ਰਿਲੀਜ਼ ਕਰਦਾ ਹਾਂ ਫਿਲਮਾਂ 'ਚ ਕਈ ਵਾਰੀ ਮੈਂ ਸਕ੍ਰਿਪਟ 'ਚ ਮੈਂ ਆਪ ਇੰਨਾ ਹੁੰਦਾ ਕਿ ਮੇਰੇ ਤੋਂ ਆਪਣੇ ਆਪ ਹੀ ਲਿਖਿਆ ਜਾਂਦਾ ਸੁਰਖੀ ਬਿੰਦੀ ਦਾ ਜ਼ੋਨ ਹੀ ਮੈਨੂੰ ਇੰਨਾ ਵਧੀਆ ਲੱਗਦਾ ਸੀ ਉਹ ਸਕ੍ਰਿਪਟ ਉਹ ਸੈੱਟ ਕਿ ਮੈਂ ਦੁਨੀਆ ਗਾਣਾ ਉੱਥੇ ਲਿਖਿਆ ਕਿਉਂਕਿ ਮੈਂ ਉਹ ਐਜ਼ ਅ ਸੁੱਖਾ ਲਿਖਿਆ ਸ਼ਾਇਦ ਵੀ ਉਹ ਇਮੋਸ਼ਨ ਸੀਗੇ ਮੇਰੇ ਕੋਲ ਜਦੋਂ ਸੁਰਖੀ ਬਿੰਦੀ ਦੀ ਗੱਲ ਆਈ ਜਦੋਂ ਕਲਾਈਮੈਕਸ ਤੋਂ ਬਾਅਦ ਮੈਂ ਟਾਈਟਲ ਟਰੈਕ ਲਿਖਿਆ ਸੀ ਤਾਂ ਮੈਂ ਕਿਹਾ ਕਿ ਯਾਰ ਸ਼ੁਕਰ ਹੈ ਵੀ ਆਹ ਸਿਨੇਮਾ ਬਣ ਰਿਹਾ ਤਾਂ ਉਹ ਦਿਲੋਂ ਸ਼ਾਇਦ ਉਹ ਨਿਕਲਦੀਆਂ ਗੱਲਾਂ ਤਾਂ ਜਿੰਨੀ ਕੁ ਮੇਰੀ ਰਾਈਟਿੰਗ ਆ ਉਹ ਮੇਰੇ ਦਿਲੋਂ ਹੈ ਉੱਥੇ ਮੈਂ ਪ੍ਰੈਸ਼ਰ ਨਹੀਂ ਪਾਉਂਦਾ ਕਮਰਸ ਦਾ ਤਾਂ ਨਹੀਂ ਮੈਂ ਸ਼ਾਇਦ ਜ਼ਿਆਦਾ ਅੱਗੇ ਆ ਜਾਂਦਾ ਤਾਂ ਫਿਲਮਾਂ 'ਚ ਇੱਕ ਫਿਰ ਤੁਸੀਂ ਜਾ ਕੇ ਹੁਣ ਬਣੇ ਪ੍ਰੋਡਿਊਸਰ ਸੋ ਐਜ਼ ਏ ਪ੍ਰੋਡਿਊਸਰ ਤੁਸੀਂ ਬਹੁਤੇ ਸਕਸੈਸਫੁੱਲ ਨਹੀਂ ਰਹੇ ਹਾਂ ਹੈ ਨਾ ਸੋ ਤੁਹਾਨੂੰ ਕੀ ਲੱਗਦਾ ਵੀ ਕੀ ਕਮੀ ਰਹਿ ਗਈ ਉੱਥੇ ਪ੍ਰੋਡਿਊਸਰ ਮੈਂ ਸਿਰਫ ਤਾਂ ਬਣਿਆ ਕਿ ਕਿਉਂਕਿ ਜਿਹੜੇ ਏ ਲਿਸਟਡ ਪ੍ਰੋਡਿਊਸਰਸ ਨੇ ਜਾਂ ਏ ਲਿਸਟਡ ਬਣਾਉਣ ਵਾਲੇ ਫਿਲਮਾਂ ਬੰਦੇ ਆ ਉਹ ਆਲਰੇਡੀ ਬਿਜ਼ੀ ਨੇ ਏ ਲਿਸਟਡ ਬੰਦਿਆਂ ਨਾਲ ਕਿ ਜਿਵੇਂ ਗਿੱਪੀ ਬਾਈ ਆ ਦਿਲਜੀਤ ਬਾਈ ਆ ਤਾਂ ਅੰਬਰਦੀਪ ਬਾਈ ਨੇ ਤੁਸੀਂ ਹੋ ਤਾਂ ਮੈਨੂੰ ਹੁੰਦਾ ਕਿ ਯਾਰ ਹਰ ਬੰਦਾ ਜਿਵੇਂ ਤੁਸੀਂ ਸਟਾਰਟ ਕੀਤੀ ਇੰਟਰਵਿਊ ਕਿ ਯਾਰ ਆਪਣੇ ਦੋਨਾਂ ਲਈ ਇੱਕ ਦੂਜੇ ਕੋਲ ਨਾਂ ਨਹੀਂ ਹੈਗੀ ਹੈ ਨਾ ਮੈਨੂੰ ਹਮੇਸ਼ਾ ਇਹ ਮਾਣ ਰਹਿੰਦਾ ਹੈ ਕਿ ਯਾਰ ਜਗਦੀਪ ਬਾਈ ਨੂੰ ਮੈਂ ਕਦੀ ਵੀ ਕੁਛ ਕਹੂੰਗਾ ਪਰ ਮੈਨੂੰ ਐਂ ਲੱਗਦਾ ਕਿ ਯਾਰ ਜੇ ਮੈਂ ਜਗਦੀਪ ਸਿੱਧੂ ਹੋਵਾਂ ਤਾਂ ਮੇਰੇ ਲਈ ਵੀ ਸਭ ਤੋਂ ਪਹਿਲਾਂ ਮੈਨੂੰ ਹੋਊਗਾ ਕਿ ਯਾਰ ਮੈਂ ਆਪਦੇ ਕਰੀਅਰ ਨੂੰ ਅੱਗੇ ਲੈ ਕੇ ਜਾਣਾ ਤਾਂ ਮੈਂ ਦਿਲਜੀਤ ਨਾਲ ਫਿਲਮ ਕਰਾਂ ਜਾਂ ਮੈਂ ਗਿੱਪੀ ਬਾਈ ਨਾਲ ਫਿਲਮ ਕਰਾਂ ਤਾਂ ਮੈਨੂੰ ਹਮੇਸ਼ਾ ਐਂ ਲੱਗਿਆ ਕਿ ਜਿੰਨੀਆਂ ਕੁ ਫਿਲਮਾਂ ਮੈਂ ਤੁਹਾਡੇ ਸਾਰਿਆਂ ਤੋਂ ਬਿਨਾਂ ਕੀਤੀਆਂ ਔਰ ਉਹਨਾਂ 'ਚ ਮੈਂ ਪ੍ਰੋਡਿਊਸਰ ਨਹੀਂ ਸੀ ਤਾਂ ਉਹ ਜਮ੍ਹਾਂ ਹੀ ਮਤਲਬ ਉਹ ਮੈਨੂੰ ਇਹ ਸਮੈਲ ਆਈ ਕਿ ਯਾਰ ਇਹ ਫਿਲਮਾਂ ਇੱਕ ਘਪਲਾ ਜਿਹਾ ਸੀਗਾ ਕਿ ਕਿਸੇ ਬੰਦੇ ਦੇ ਪੈਸੇ ਕਿਸੇ ਨੇ ਲਾਏ ਕਿਸੇ ਨੂੰ ਪੈਸੇ ਮਿਲੇ ਵੀ ਨਹੀਂ ਕੋਈ ਬੰਦਾ 6 ਮਹੀਨੇ ਮਿਹਨਤ ਕਰਦਾ ਰਿਹਾ ਕੋਈ ਬੰਦੇ ਕੋਲ ਕੰਮ ਨਹੀਂ ਸੀ ਇਸ ਕਰਕੇ ਉਹਨੇ ਫਿਲਮ ਕਰ ਲਈ ਤਾਂ ਮੈਨੂੰ ਉਹ ਸੈਟਅਪ ਜਿਹਾ ਲੱਗਦਾ ਮੈਨੂੰ ਐਂ ਲੱਗਦਾ ਕਿ ਯਾਰ ਇੱਥੇ ਫਿਲਮ ਦੀ ਤਾਂ ਕਿਸੇ ਨੂੰ ਵੀ ਨਹੀਂ ਪਈ
ਮੇਰਾ ਪ੍ਰੋਡਿਊਸਰ ਬਣਨ ਦਾ ਸਿਰਫ ਇੱਕ ਇਹੀ ਰੀਜ਼ਨ ਹੈ ਕਿ ਮੈਨੂੰ ਹੁੰਦਾ ਕਿ ਯਾਰ ਉਸ ਫਿਲਮ 'ਚ ਐਟਲੀਸਟ ਜਿਹੜੀ ਫਿਲਮ 'ਚ ਮੈਂ ਉਹਦੇ 'ਚ ਪੈਸੇ ਨਹੀਂ ਮਰਨਗੇ ਕਿਸੇ ਦੇ, ਮੈਨੂੰ ਇਹ ਨਹੀਂ ਫੋਨ ਆਊਗਾ ਕਿ ਯਾਰ ਬਾਈ ਸਾਡੀ ਪੇਮੈਂਟ ਨਹੀਂ ਕਲੀਅਰ ਹੋਈ। ਔਰ ਦੂਸਰਾ ਮੈਨੂੰ ਲੱਗਦਾ ਕਿ ਯਾਰ ਸ਼ਾਇਦ ਮੈਂ ਕੁਛ ਚੀਜ਼ਾਂ ਬਚਾ ਲਊਂਗਾ ਕਿ ਜਿੰਨੀ ਕੁ ਮੇਰੀ ਕ੍ਰੀਏਟਿਵ ਸੈਂਸ ਹੈ ਮੈਂ ਇਨਪੁੱਟ ਕਰੂੰਗਾ, ਮੈਂ ਮਿਊਜ਼ਿਕ ਦੇ ਨਾਲ ਆਊਂਗਾ ਮਿਊਜ਼ਿਕ ਦੇ, ਜਿਵੇਂ ਵਿਆਹ ਨਹੀਂ ਕਰਾਉਣਾ 'ਚ ਮੈਂ ਮੈਨੂੰ ਆਈ ਐਮ ਵੈਰੀ ਸੈਟਿਸਫਾਈਡ ਫੋਰ ਦਾ ਰਿਜ਼ਲਟ ਆਫ ਮਿਊਜ਼ਿਕ ਕਿ ਉਹਦਾ ਮਿਊਜ਼ਿਕ ਬਹੁਤ ਵਧੀਆ ਗਿਆ ਅਤੇ ਆਪਣੇ ਵੱਲੋਂ ਮੈਂ ਜਿੰਨਾ ਕੁ ਬੈਸਟ ਕਰ ਸਕਦਾ ਸੀ ਮੈਂ ਕੀਤਾ। ਪਰ ਹਾਂ ਉਹ ਇੱਕ ਮਜਬੂਰੀ ਹੈ, ਸ਼ਾਇਦ ਮੇਰੇ ਕੋਲ ਕੋਈ ਬਹੁਤ ਮਤਲਬ ਮੈਂ ਬਹੁਤ ਜ਼ਿਆਦਾ ਬੈਟਰ ਪਰਫੋਰਮ ਕਰ ਪਾਇਆ ਲੇਖ 'ਚ ਕਿਉਂਕਿ ਪ੍ਰੋਡਿਊਸਰ ਵਾਈਟ ਹਿਲ ਸੀ, ਬਟ ਆਈ ਥਿੰਕ ਲੇਖ ਵੀ ਮਤਲਬ ਲੇਖ ਦਾ ਜਿੰਨਾ ਮੈਨੂੰ ਲੱਗਦਾ ਕਿ ਜੇ ਲੇਖ 20 ਕਰੋੜ ਪਲੱਸ ਹੁੰਦੀ ਤਾਂ ਸ਼ਾਇਦ ਆਪਾਂ ਅੱਗੇ ਕੰਮ ਕਰ ਰਹੇ ਹੁੰਦੇ, ਪਰ ਲੇਖ ਵੀ ਉੱਥੇ ਨਹੀਂ ਗੀ, ਉਹਨੇ ਬਿਜ਼ਨਸ 'ਤੇ ਨਹੀਂ ਗੀ, ਲੇਖ ਵੀ 10-11 ਕਰੋੜ 'ਤੇ ਆ। ਤਾਂ ਹਰ ਪ੍ਰੋਡਿਊਸਰ ਨੂੰ ਇਹ ਹੁੰਦਾ ਕਿ ਯਾਰ ਜੇ ਮੈਂ ਆਪਦਾ 6-7 ਕਰੋੜ ਰੁਪਇਆ ਲਾਇਆ ਤਾਂ ਜੇ ਮੇਰਾ ਡਬਲ ਨਹੀਂ ਹੋਇਆ ਤਾਂ ਉਹਨੂੰ। ਸੋ ਪ੍ਰੋਡਿਊਸਰ ਬਣਨਾ ਇੱਕ ਸ਼ਾਇਦ ਉਹ ਹੈ ਕਿ ਕਿਉਂਕਿ ਮੈਂ ਬਹੁਤ ਪਿਆਰ ਕਰਦਾ ਆਪਣੇ ਆਪ ਦੇ ਕੰਮ ਨੂੰ, ਤਾਂ ਮੈਨੂੰ ਹੁੰਦਾ ਕਿ ਯਾਰ ਦਾ ਗੁਰਨਾਮ ਲਈ ਕੀ ਕੀ ਜ਼ਰੂਰੀ ਹੈ। ਤਾਂ ਉਹਦੇ 'ਚ ਹੁਣ ਮੈਂ ਇੱਕ ਚਰਖੜੀ 'ਤੇ ਵੀ ਚੜ੍ਹ ਚੁੱਕਿਆ ਕਿ ਹਰ ਬੰਦਾ ਹੁਣ ਮੈਨੂੰ ਇਹ ਪੁੱਛਦਾ ਕਿ ਯਾਰ ਅਗਲੀ ਫਿਲਮ ਕਿਹੜੀ ਆ ਰਹੀ ਹੈ, ਤਾਂ ਉਸ ਹਿਸਾਬ 'ਚ ਫਿਲਮਾਂ ਬਣਾਉਣਾ। ਬਟ ਮੈਂ ਕੋਈ ਵਧੀਆ ਪ੍ਰੋਡਿਊਸਰ ਨਹੀਂ ਗਾ, ਮੈਂ ਕੋਈ ਵਧੀਆ ਫਿਲਮ ਮੇਕਰ ਨਹੀਂ ਗਾ। ਹਾਂ ਮੈਂ ਠੀਕ ਐਕਟਰ ਹੋ ਸਕਦਾ ਜੇ ਮੈਨੂੰ ਠੀਕ ਸੈਟਅਪ ਮਿਲੇ। ਅਤੇ ਇੱਕ ਹੈ ਜੋ ਹਰੇਕ ਕਲਾਕਾਰ ਨਾਲ ਕੰਟਰੋਵਰਸੀਜ਼ ਚੱਲਦੀਆਂ, ਹੈ ਨਾ, ਤੁਹਾਡੇ ਨਾਲ ਬਹੁਤ ਸਾਰੀਆਂ, ਕਿਉਂਕਿ ਮੈਂ ਤਾਂ ਤੁਹਾਨੂੰ ਪਰਸਨਲ ਲੈਵਲ 'ਤੇ ਜਾਣਦਾ, ਅਤੇ ਕਿੰਨੀਆਂ ਸਾਰੀਆਂ ਚੀਜ਼ਾਂ ਤਾਂ ਬਹੁਤ ਧੱਕੇ ਨਾਲ ਹੀ ਕੰਟਰੋਵਰਸੀ ਬਣ ਗਈ ਜਿੱਥੇ ਤੁਹਾਡੀ ਕੋਈ ਗਲਤੀ ਵੀ ਨਹੀਂ ਸੀਗੀ। ਸੋ ਇਹ ਹਰ ਬੰਦੇ ਨਾਲ ਹੁੰਦਾ, ਹੈ ਨਾ, ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤੁਸੀਂ ਜਿੰਨੀ ਫੁਟੇਜ ਪਾਈ ਉਹਦੇ ਤੋਂ ਦੁਨੀਆ ਜੱਜ ਕਰ ਰਹੀ ਅੱਗੇ ਪਿੱਛੇ ਕੀ ਹੈ, ਉਹ ਕੋਈ ਨਹੀਂ ਦੇਖ ਰਿਹਾ, ਉਹ ਰੀਜ਼ਨ ਨਹੀਂ ਕੋਈ ਦੇਖਦਾ ਕਿ ਉੱਥੇ ਗੱਲ ਕੀ ਸੀ, ਹੈ ਨਾ, ਰੀਜ਼ਨ ਕੀ ਸੀ। ਔਰ ਉਹ ਇਸ ਤਰੀਕੇ ਨਾਲ ਵਾਇਰਲ ਹੁੰਦੀ ਹੈ, ਇੱਕ ਆਰਟਿਸਟ ਨੂੰ ਮਜਬੂਰ ਕੀਤਾ ਜਾਂਦਾ, ਉਹਨੂੰ ਟਾਰਗੇਟ ਕੀਤਾ ਜਾਂਦਾ, ਉਹਦੀ ਫੈਮਿਲੀ ਤੱਕ ਨੂੰ ਘੜੀਸਿਆ ਜਾਂਦਾ। ਸੋ ਇਸ ਪਿੱਛੇ ਜੇ ਤਾਂ ਤੁਹਾਡੇ 'ਤੇ ਬਹੁਤ ਹੀ ਇੱਕ ਟਾਈਮ ਸੀਗਾ ਕਿ ਬੈਕ ਟੂ ਬੈਕ ਕੁਛ ਨਾ ਕੁਛ ਆ ਹੀ ਗਿਆ, ਸੋ ਉਹ ਜਿਹੜੇ 6-7 ਮਹੀਨੇ ਸੀ ਉਹ ਕਿਵੇਂ ਤੁਸੀਂ ਆਪਣੇ ਆਪ ਨੂੰ ਜਾਂ ਕਿਵੇਂ ਉਸ ਦੌਰ 'ਚ ਸੰਭਾਲਦੇ ਹੋ ਆਪਣੇ ਆਪ ਨੂੰ? ਪਹਿਲੀ ਵਾਰ ਕੰਟਰੋਵਰਸੀ ਹੋਈ ਸੀ ਉਹ ਵਾਲੀ ਜਿਹੜੀ ਫੋਟੋ ਵਾਲੀ, ਹਨਾ, ਮੈਂ ਬੋਲਿਆ ਸੀ ਕੁਛ, ਉਦੋਂ ਤੱਕ ਨਾ ਮੈਂ ਬਹੁਤ ਬੱਚਾ ਸੀਗਾ ਸਟੇਜ ਲਈ, ਮੈਂ ਸਿਆਣਾ ਗੁਰਨਾਮ ਨਹੀਂ ਸੀ, ਮੈਨੂੰ ਨਹੀਂ ਪਤਾ ਸੀਗਾ ਕਿ ਹਰ ਗੱਲ ਦਿਲ 'ਚ ਹੈ ਉਹ ਤੁਸੀਂ ਬੋਲ ਨਹੀਂ ਸਕਦੇ ਸਟੇਜ 'ਤੇ। ਉਸ ਦਿਨ ਮੈਨੂੰ ਪਤਾ ਲੱਗਿਆ ਕਿ ਯਾਰ ਇੱਥੇ ਤੁਹਾਨੂੰ ਨਾ ਜੇ ਤੁਸੀਂ ਜੋ ਹੈਗੇ ਹੋ ਅੰਦਰੋਂ ਤੁਸੀਂ ਹਮੇਸ਼ਾ ਉਹ ਨਹੀਂ ਹੋ ਸਕਦੇ, ਤੁਹਾਨੂੰ ਇੱਕ ਹਮੇਸ਼ਾ ਹੀ ਇੱਕ ਐਕਟ 'ਚ ਰਹਿਣਾ ਪੈਣਾ, ਉਹ ਲੋਕਾਂ ਨੂੰ ਵਧੀਆ ਲੱਗਦਾ। ਦੂਸਰਾ ਮੈਨੂੰ ਇੰਝ ਲੱਗਿਆ ਕਿ ਨੈਗੇਟਿਵਿਟੀ ਜ਼ਿਆਦਾ ਸਪੀਡ ਫੜਦੀ ਹੈ, ਤੁਸੀਂ ਕੀ ਗਾ ਰਹੇ ਹੋ, ਤੁਸੀਂ ਕਿੰਨਾ ਵਧੀਆ ਗਾਇਆ, ਤੁਸੀਂ ਕਿੰਨਾ ਵਧੀਆ ਪਰਫੋਰਮ ਕੀਤਾ, ਤੁਹਾਡਾ ਆਰਟ ਲਈ ਕੀ ਯੋਗਦਾਨ ਹੈ ਤੁਹਾਡਾ ਗਾਣਿਆਂ ਲਈ, ਇਹ ਕਿਸੇ ਨੂੰ ਨਹੀਂ ਪਈ, ਪਰ ਜਿੱਦਣ ਤੁਹਾਡਾ ਕੋਈ ਪਟਾਕਾ ਪੈ ਗਿਆ ਨਾ ਉਹ ਹਰ ਕਿਸੇ ਨੂੰ ਪਤਾ ਲੱਗਣਾ। ਔਰ ਤੀਸਰਾ ਮੈਂ ਇਹ ਸਿੱਖਿਆ ਉਸ ਟਾਈਮ 'ਤੇ, ਮੈਨੂੰ ਸਭ ਤੋਂ ਪਹਿਲਾਂ ਐਮੀ ਬਾਈ ਦਾ ਫੋਨ ਆਇਆ ਸੀ, ਤਾਂ ਬਾਈ ਕਹਿੰਦੇ ਕਿ ਯਾਰ ਕੋਈ ਵੀ ਕੰਟਰੋਵਰਸੀ ਦੀ ਉਮਰ ਬਹੁਤ ਛੋਟੀ ਹੈ, ਕਿ ਕੁਛ ਵੀ ਹੋ ਜਾਵੇ ਭੁੱਲ ਜਾਣਾ, ਤਾਂ ਤੂੰ ਇੰਨਾ ਦਿਲ 'ਤੇ ਨਾ ਲਈ ਇਸ ਗੱਲ ਨੂੰ। ਉਦੋਂ ਮੈਂ ਲੱਗਦਾ ਸੀਗਾ ਕਿ ਯਾਰ, ਫਿਰ ਬਾਈ ਨੇ ਮੈਨੂੰ ਜਣਾਇਆ ਕਿ ਫਲਾਣੇ ਆਰਟਿਸਟ ਨਾਲ ਐਂ ਹੋਇਆ ਸੀ, ਐਂ ਹੋਇਆ ਸੀ, ਅਤੇ ਉਹ ਵਾਕਈ ਮੈਨੂੰ ਐਂ ਲੱਗਿਆ ਕਿ ਉਦੋਂ ਇੱਕ ਵਾਰੀ ਐਂ ਲੱਗਦਾ ਯਾਰ ਪਤਾ ਨਹੀਂ ਕੀ ਹੋ ਜਾਣਾ। ਬਟ ਆਫਟਰ ਦੈਟ, ਆਫਟਰ ਦਾ ਟਾਈਮ, ਉਸ ਤੋਂ ਬਾਅਦ ਮੈਂ ਵੱਡੀਆਂ ਫਿਲਮਾਂ ਵੀ ਉਸ ਤੋਂ ਬਾਅਦ ਕੀਤੀਆਂ, ਵੱਡੇ ਗਾਣੇ ਵੀ ਉਸ ਤੋਂ ਬਾਅਦ ਆਏ, ਤਾਂ ਮੈਨੂੰ ਇਹ ਲੱਗਿਆ ਕਿ ਯਾਰ ਜੇ ਕੋਈ ਚੀਜ਼ ਮੈਨੂੰ ਹਰਾ ਸਕਦੀ ਹੈ ਤਾਂ ਉਹ ਤਾਂ ਮੇਰਾ ਕੰਮ ਹੈ, ਕੋਈ ਕੰਟਰੋਵਰਸੀ ਨਹੀਂ ਹਰਾ ਸਕਦੀ। ਕਿ ਕੋਈ ਵੀ ਕਲਾਕਾਰ ਨਹੀਂ ਚੱਲਦਾ ਉਦੋਂ ਜਦੋਂ ਉਹਦਾ ਕੰਮ ਨਹੀਂ ਚੱਲਦਾ, ਇਹ ਨਹੀਂ ਗਾ ਕਿ ਉਹਦੀ ਕੋਈ ਕੰਟਰੋਵਰਸੀ ਹੋ ਗਈ ਤਾਂ ਉਹ ਥੱਲੇ ਬਹਿ ਸਕਦਾ। ਅਤੇ ਤੀਸਰਾ ਮੈਨੂੰ ਐਂ ਲੱਗਿਆ ਕਿ ਇਹ ਹੁਣ ਮੇਰਾ ਪਾਰਟ ਹੈ, ਕਿ ਜੇ ਮੈਂ 100 ਬੰਦਿਆਂ ਦੇ ਵਿੱਚ ਪਰਫੋਰਮ ਕਰ ਰਿਹਾ ਤਾਂ ਸਾਰੇ ਮੇਰੇ ਫੈਨ ਨਹੀਂ ਹੋ ਸਕਦੇ, ਸਾਰਿਆਂ ਨੂੰ ਮੈਂ ਹੀ ਪਸੰਦ ਨਹੀਂ ਆ ਸਕਦਾ, ਉਹਨਾਂ 'ਚੋਂ ਕੁਛ ਨੇ, ਮਤਲਬ ਜਦੋਂ ਅਸੀਂ ਡਿਸਟ੍ਰੀਬਿਊਸ਼ਨ, ਮਿਊਜ਼ਿਕ ਡਿਸਟ੍ਰੀਬਿਊਸ਼ਨ ਦੀ ਇੱਕ ਲਿਸਟ ਕੱਢਦੇ ਹਾਂ ਤਾਂ ਉਹਦੇ 'ਚ ਆਉਂਦਾ ਹੈ ਕਿ ਪਰਮਾਨੈਂਟ ਫੈਨ, ਸੁਪਰ ਫੈਨ, ਅਤੇ ਇੱਕ ਹੁੰਦੀ ਹੈ ਐਵਰੇਜ ਆਡੀਅੰਸ, ਕਿ ਜਿਹੜੀ ਬਸ ਆਈ ਅਤੇ ਸੁਣ ਕੇ ਚਲੀ ਗਈ, ਉਹ ਹਰ ਇੱਕ ਤਰ੍ਹਾਂ ਦੇ ਲੋਕ ਹੈ। ਤਾਂ ਮੈਨੂੰ ਲੱਗਦਾ ਕਿ ਯਾਰ ਸਾਨੂੰ ਸਵਾਦ ਆਉਂਦਾ ਹੈ ਮਸਾਲਾ ਸੁਣ ਕੇ, ਮਤਲਬ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਵੀ ਯੂਟਿਊਬ 'ਤੇ ਉਹ ਚੀਜ਼ ਦੇਖਦਾ ਜਿਹਦੀ ਟੈਗ ਲਾਈਨ ਥੋੜ੍ਹੀ ਜਿਹੀ ਕੰਟਰੋਵਰਸ਼ਲ ਹੁੰਦੀ ਹੈ ਮੇਰੇ ਤੋਂ ਬਿਨਾਂ। ਕਿ ਮੈਂ ਫੋਰ ਐਗਜ਼ਾਮਪਲ, ਮੈਂ ਦਲਜੀਤ ਬਾਈ ਦੀ ਕੋਈ ਵੀਡੀਓ ਦੇਖੀ ਜਿਹਦੇ ਕੁਛ ਗਲਤ ਉਹ ਕੰਟਰੋਵਰਸ਼ਲ ਲਿਖਿਆ ਹੋਇਆ, ਤਾਂ ਮੈਨੂੰ ਹੁੰਦਾ ਕਿ ਯਾਰ ਆਹ ਕੀ ਹੋ ਗਿਆ, ਕੀ ਹੋ ਗਿਆ, ਰਾਈਟ, ਤਾਂ ਉਹ ਕੁਐਸਚਨ ਸਾਡੇ ਮਾਇੰਡ 'ਚ ਪਹਿਲਾਂ ਹੀ ਆ ਜਾਂਦਾ। ਸੋ ਹੁਣ ਮੈਨੂੰ ਇਹ ਲੱਗਦਾ ਕਿ ਇਟਸ ਅ ਪਾਰਟ ਆਫ ਲਾਈਫ,
ਹਾਂ ਇੱਕ ਟਾਈਮ ਤੇ ਉਹ ਉਹਨੇ ਮੇਰੇ ਤੇ ਬਹੁਤ ਅਸਰ ਕੀਤਾ, ਤੁਸੀਂ ਤੁਹਾਨੂੰ ਲੱਗਦਾ ਯਾਰ ਪਤਾ ਨਹੀਂ ਕੀ ਹੋ ਜੂਗਾ, ਪਰ ਜਦੋਂ ਮੈਂ ਲੇਖ ਤੇ ਸੀ ਉਦੋਂ ਫਿਰ ਇੱਕ ਕੰਟਰੋਵਰਸੀ ਹੋਈ ਸੀ ਹੈ ਨਾ, ਉਦੋਂ ਮੈਨੂੰ ਕੋਈ ਫਰਕ ਨਹੀਂ ਪਿਆ, ਉਦੋਂ ਮੈਂ ਹੋਰ ਸਗੋਂ ਮੈਂ ਇੰਜੋਏ ਕਰ ਰਿਹਾ ਸੀ, ਮੈਨੂੰ ਸ਼ਾਇਦ ਕੋਈ ਇਹੋ ਜਿਹੀ ਕੰਟਰੋਵਰਸੀ ਪਰਮਾਤਮਾ ਕਰੇ ਕਦੀ ਨਾ ਹੋਵੇ ਜਿੱਥੇ ਤੁਹਾਨੂੰ ਤੁਹਾਡਾ ਦਿਲ ਕਹਿ ਰਿਹਾ ਹੋਵੇ ਕਿ ਯਾਰ ਤੂੰ ਗਲਤ ਹੈ ਇੱਥੇ, ਉਹ ਮੈਨੂੰ ਕਦੀ ਨਹੀਂ ਲੱਗਿਆ, ਮੈਨੂੰ ਹਮੇਸ਼ਾ ਲੱਗਦਾ ਕਿ ਯਾਰ ਮੈਂ ਓਨੈਸਟ ਹਾਂ ਆਪਦੇ ਕੰਮ ਲਈ, ਮਤਲਬ ਮੈਂ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਹੈ ਨਾ, ਕਿ ਜਿਸ ਦਿਨ ਉਹ ਕੋਈ ਵੀ ਕੰਟਰੋਵਰਸੀ ਹੋਈ ਜਾਂ ਉਹ ਸਟੇਜ ਵਾਲੀ ਹੋਈ ਤਾਂ ਮੇਰੇ ਦਿਲ 'ਚ ਤਾਂ ਐਂ ਸੀਗਾ ਕਿ ਯਾਰ ਆ ਥੱਲੇ ਇੰਨੇ ਸਾਰੇ ਮੁੰਡੇ ਖੜ੍ਹੇ ਹੈ ਹੈ ਨਾ, ਤਾਂ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਹੋਣੀ ਚਾਹੀਦੀ, ਔਰ ਦੂਸਰਾ ਇੱਕ ਇਮੋਸ਼ਨਲ ਅਟੈਚਮੈਂਟ ਸਾਡੀ ਸਾਡੇ ਮਿਊਜ਼ੀਸ਼ੀਨਾਂ ਨਾਲ ਹੁੰਦੀ ਹੈ, ਕੋਈ ਉਹਨਾਂ ਨੂੰ ਧੱਕਾ ਮਾਰ ਕੇ ਆਉਂਦਾ ਨਾ ਤਾਂ ਸਾਡੇ ਦਿਲ 'ਤੇ ਵੱਜਦਾ ਕਿ ਯਾਰ ਵੀ ਮੇਰੇ ਬੰਦਿਆਂ ਨੂੰ ਕਿਉਂ ਧੱਕਾ ਮਾਰ ਕੇ ਤੁਸੀਂ ਸਟੇਜ 'ਤੇ ਚੜ੍ਹ ਰਹੇ ਹੋ। ਸੋ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਬਾਅਦ 'ਚ ਤੁਸੀਂ ਐਕਸਪਲੇਨ ਵੀ ਨਹੀਂ ਕਰ ਸਕਦੇ, ਔਰ ਮੈਨੂੰ ਲੱਗਦਾ ਉਸ ਐਕਸਪਲੇਨੇਸ਼ਨ ਨੂੰ ਕੋਈ ਸੁਣਦਾ ਵੀ ਨਹੀਂ, ਔਰ ਉਹ ਕਰਨੀ ਵੀ ਨਹੀਂ ਚਾਹੀਦੀ, ਹੁਣ ਜੋ ਹੋ ਗਿਆ ਬਸ, ਇਹ ਵਾਲੀ ਗੱਲ ਹੈ। ਐਕਚੁਅਲੀ ਉਹ ਪਿੱਛੇ ਜਿਹੜਾ 1.5-2 ਸਾਲ ਉਹ ਟਾਈਮ ਵੀ ਥੋੜ੍ਹਾ ਐਸਾ ਸੀਗਾ, ਹੁਣ ਮੈਨੂੰ ਲੱਗਦਾ ਕਿ ਲੋਕ ਵੀ ਇੰਨੇ ਕੁ ਅਵੇਅਰ ਹੋ ਗਏ ਕਿ ਇਹ ਕ੍ਰੀਏਟ ਕੀਤੀਆਂ ਗਈਆਂ ਚੀਜ਼ਾਂ, ਇਹਨੂੰ ਕੁਛ ਲੋਕ ਹੀ ਪ੍ਰਮੋਟ ਕਰਦੇ। ਅੱਜ ਕੱਲ੍ਹ ਤੁਸੀਂ ਦੇਖੋ ਚਾਹੇ ਕਿੱਡੀ ਤੋਂ ਕਿੱਡੀ ਵੱਡੀ ਗੱਲ ਵੀ ਹੋਵੇ, ਉਹ 2 ਦਿਨਾਂ 'ਚ ਸਾਈਡਲਾਈਨ ਹੋ ਜਾਂਦੀ, ਲੋਕ ਬਹੁਤਾ ਇੰਟਰਸਟ ਉਹਨੂੰ ਸਪੋਰਟ ਕਰਦੇ ਨਹੀਂ। ਮੈਨੂੰ ਇਹ ਲੱਗਦਾ ਕਿ ਅਸੀਂ ਕੰਟਰੋਵਰਸੀ ਜ਼ਿਆਦਾ ਦੇਰ ਸਸਟੇਨ ਨਹੀਂ ਕਰ ਪਾਉਂਦੇ, ਤੁਸੀਂ ਧੱਕੇ ਨਾਲ ਕਿਸੇ ਨੂੰ ਗਾਲਾਂ ਨਹੀਂ ਕੱਢ ਸਕਦੇ, ਕਿੰਨੀਆਂ ਹੀ ਕੱਢ ਲਓਗੇ। ਹਾਂ ਇੱਕ 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 ਸੈੱਲ ਹੁੰਦਾ ਹੈ, ਮਾਡਲ ਹੁੰਦਾ ਹੈ ਕਿ ਜਿਹੜਾ ਹਰ ਆਰਟਿਸਟ ਦੇ ਅਗੇਂਸਟ ਵੀ ਚੱਲਦਾ, ਉਹਦੇ 'ਚ ਬਹੁਤ ਆਰਟਿਸਟ ਵੀ ਇਨਵੋਲਵ ਹੁੰਦੇ ਆ, ਬਹੁਤ ਕੰਪਨੀਜ਼ ਵੀ ਇਨਵੋਲਵ ਹੁੰਦੀਆਂ, ਇੱਕ ਕਹਿ ਲਓ ਮਤਲਬ ਮੈਂ ਇਹ ਪਹਿਲਾਂ ਮੈਨੂੰ ਲੱਗਦਾ ਸੀ ਯਾਰ ਐਵੇਂ ਕੋਈ ਕਿਸੇ ਦੇ ਦੁਸ਼ਮਣ ਥੋੜ੍ਹੀ ਹੈ, ਪਰ ਇਹ ਹੌਲੀ ਹੌਲੀ ਤੁਹਾਨੂੰ ਰਿਅਲਾਈਜ਼ ਹੁੰਦਾ, ਪਰ ਕੋਈ ਕਿਸੇ ਨੂੰ ਐਂ ਡਾਊਨ ਨਹੀਂ ਕਰ ਸਕਦਾ, ਮਤਲਬ ਤੁਸੀਂ ਡਰਾਮਾ ਕਿੰਨਾ ਹੀ ਕਰ ਲਓਗੇ। ਅਕਸਰ ਤਾਂ ਉਹ ਬੰਦਾ ਹੁਣ ਅੱਜ ਮੈਂ ਹਰ ਸਾਲ ਮੈਂ 100 ਸ਼ੋਅ ਜੇ ਲਾਉਣਾ ਤਾਂ ਮੈਂ ਕਿੰਨੇ ਹਜ਼ਾਰ ਲੋਕਾਂ ਨੂੰ ਮਿਲਦਾ, ਮੈਂ ਕਿੰਨੇ ਟੂਰਸ ਕੀਤੇ ਆ, ਲੋਕਾਂ ਨੇ ਲੋਕ ਜਾਣਦੇ ਆ ਮੈਂ ਕੌਣ ਆ, ਮੈਂ ਕਿਹੋ ਜਿਹਾ ਬੰਦਾ, ਤਾਂ ਤੁਸੀਂ ਜਿਹੜੇ ਹੁਣ ਜਿਹੜੇ ਬੰਦੇ ਮੈਨੂੰ ਜਾਣਦੇ ਉਹਨਾਂ ਨੂੰ ਕਿਵੇਂ ਝੂਠ ਬੋਲ ਦੋਗੇ ਕਿ ਯਾਰ ਨਹੀਂ ਇਹ ਤਾਂ, ਜਿਹੜੇ ਨਹੀਂ ਜਾਣਦੇ ਉਹੋ ਜਿਹੇ ਲੋਕ ਹੁਣ ਹੈ ਹੀ ਬਹੁਤ ਘੱਟ, ਹੁਣ ਤਕਰੀਬਨ ਸਾਰੀ ਦੁਨੀਆ ਨੇ ਮੈਨੂੰ ਮਿਲ ਲਿਆ ਜਾਣਦੇ ਆ, ਸੋ ਮੇਰੀ ਪਰਸਨੈਲਿਟੀ ਕੀ ਆ ਪਤਾ ਹੀ ਆ ਸਾਰਿਆਂ ਨੂੰ, ਤੁਸੀਂ ਝੂਠ ਨਹੀਂ ਮਾਰ ਸਕਦੇ ਕਿਸੇ ਨੂੰ। ਇੱਕ ਵੀਰੇ ਤੁਸੀਂ ਕਰੀਅਰ 'ਚ ਤੁਹਾਡੇ ਜਾਂ ਲਾਈਫ ਦੇ ਕਿਸੇ ਵੀ ਮੋੜ 'ਤੇ ਕਿਤੇ ਫਸੇ ਹੋ ਜਾਂ ਕੋਈ ਡਾਊਨਫਾਲ ਹੋਵੇ, ਤਾਂ ਕੋਈ ਇਨਸਾਨ ਜਾਂ ਕੋਈ ਘਟਨਾ ਜਿਹੜੀ ਤੁਹਾਡੇ ਲਈ ਆਸ਼ਾ ਦੀ ਕਿਰਨ ਬਣ ਕੇ ਆਈ ਸੀ? ਆਏ ਮੈਂ ਬਹੁਤ ਕਦੀ ਸਟੱਕ ਤਾਂ ਫੀਲ ਕੀਤਾ ਨਹੀਂ ਆਪਦੇ ਕਰੀਅਰ 'ਚ, ਮਤਲਬ ਹਾਂ, ਬਟ ਉਹ ਗਾਣਾ ਜਿਹੜਾ ਕਨੇਡਾ 'ਚ ਕਰਦਾ ਡਰਾਈਵਰੀ ਮੈਂ ਦੱਸਿਆ ਅਮਨ ਬਿਲਾਸਪੁਰੀ ਬਾਈ ਦਾ, ਕਿ ਹਾਂ ਉਦੋਂ ਮੈਨੂੰ ਲੱਗ ਰਿਹਾ ਸੀ ਕਿ ਯਾਰ ਕੁਛ ਨਹੀਂ ਚੱਲ ਰਿਹਾ, ਜਾਂ ਹਾਂ ਉਦੋਂ ਅਮਨ ਬਿਲਾਸਪੁਰੀ ਦਾ ਉਹ ਗਾਣਾ ਮੇਰੀ ਲਾਈਫ 'ਚ ਆਸ਼ਾ ਦੀ ਕਿਰਨ ਬਣ ਕੇ ਆਇਆ ਸੀ, ਕਿਉਂਕਿ ਉਹ ਸਿਰਫ ਅਸੀਂ ਆਡੀਓ ਹੀ ਪਾਇਆ ਸੀ ਅਤੇ ਉਹ ਬਹੁਤ ਵਾਇਰਲ ਹੋ ਗਿਆ ਸੀ, ਸੋ ਆਸ਼ਾ ਦੀ ਕਿਰਨ ਉਹ ਹੈ। ਆਸ਼ਾ ਕਿਰਨ IVF ਵੱਲੋਂ ਵੀਰੇ ਤੁਹਾਡੇ ਲਈ ਇੱਕ ਗਿਫਟ ਹੈਂਪਰ, ਸੋ ਬਹੁਤ ਸਾਰੇ ਲੋਕਾਂ ਦੀ ਫੈਮਿਲੀ 'ਚ ਆਸ਼ਾ ਕਿਰਨ ਲੈ ਕੇ ਆਉਂਦੇ ਹੈ। ਵੀਰੇ ਹੁਣ ਵੇਲਾ ਹੈ ਸਾਡੇ ਜਿਮਨੀ 4x4 ਰਾਊਂਡ ਦਾ, ਠੀਕ ਹੈ ਜੀ, ਸੋ ਇਹਦੇ 'ਚ ਫਟਾਫਟ ਸਵਾਲ ਦੇ ਜਵਾਬ ਦੇਣੇ ਆ ਤੁਸੀਂ। ਤੁਸੀਂ ਜਦੋਂ ਇੰਡਸਟਰੀ 'ਚ ਆਏ ਸੀਗੇ ਹੈ ਨਾ, ਉਹ ਵਾਲੇ ਗੁਰਨਾਮ ਭੁੱਲਰ ਅਤੇ ਇਸ ਗੁਰਨਾਮ ਭੁੱਲਰ 'ਚ ਤੁਹਾਨੂੰ ਕੀ ਫਰਕ ਲੱਗਦਾ? ਹੁਣ ਵਾਲਾ ਗੁਰਨਾਮ ਜ਼ਿਆਦਾ ਇਮੋਸ਼ਨਲ ਹੈ, ਇਮੋਸ਼ਨਲੀ ਵੀਕ ਹੈ, ਉਹ ਸਟਰੋਂਗ ਸੀ, ਹੁਣ ਮੈਨੂੰ ਇੱਕ ਸੈਕਿੰਡ ਲੱਗਦਾ ਰੋਣ ਲੱਗਿਆ, ਪਹਿਲਾਂ ਮੈਨੂੰ ਕੋਈ ਗੱਲ 'ਤੇ ਰੋਣਾ ਹੀ ਨਹੀਂ ਆਉਂਦਾ ਸੀ, ਹੁਣ ਮੈਂ ਐਂ ਕਿਸੇ ਵੀ ਗੱਲ 'ਤੇ ਪਿਘਲ ਜਾਂਦਾ, ਹੁਣ ਮੈਂ ਫਿਲਮਾਂ ਦੇਖਦਾ ਤਾਂ ਰੋ ਪੈਂਦਾ। ਤਾਂ ਉਹਦਾ ਰੀਜ਼ਨ ਕੀ, ਤੁਹਾਨੂੰ ਕਿਉਂ ਲੱਗਦਾ ਕਿ ਇਹ ਚੇਂਜ ਆਇਆ? ਇਹ ਚੇਂਜ ਦਾ ਤਾਂ ਨਹੀਂ ਮੈਨੂੰ ਪਤਾ, ਬਟ ਹਾਂ ਕਿ ਤੁਸੀਂ ਜ਼ਿਆਦਾ ਇਮੋਸ਼ਨਸ 'ਚੋਂ ਲੰਘ ਜਾਂਦੇ ਹੋ, ਪਹਿਲਾਂ ਤੁਸੀਂ ਦੁਨੀਆ ਦੇਖੀ ਨਹੀਂ ਹੁੰਦੀ, ਤੁਹਾਨੂੰ ਇੰਨਾ ਹੀ ਪਤਾ ਹੁੰਦਾ ਆ ਮੇਰੇ ਘਰਦੇ ਆ, ਮੇਰਾ ਕਾਲਜ ਆ, ਇਹ ਮੇਰੇ ਦੋਸਤ ਆ, ਤੁਹਾਨੂੰ ਕਾਲਜ ਦੀਆਂ ਲੜਾਈਆਂ ਦਾ ਪਤਾ ਹੁੰਦਾ, ਤੁਹਾਨੂੰ ਕੋਈ ਤੁਸੀਂ ਪੋਲੀਟਿਕਸ ਫੇਸ ਨਹੀਂ ਕੀਤੀ ਹੁੰਦੀ, ਤੁਸੀਂ ਅਪ ਐਂਡ ਡਾਊਨ ਤੋਂ ਬਾਹਲਾ ਲੰਘੇ ਨਹੀਂ ਹੁੰਦੇ, ਅਤੇ ਤੁਸੀਂ ਇਮੋਸ਼ਨਸ ਦਾ ਜਿਹੜਾ ਡਾਊਨ ਹੈ ਅਤੇ ਅਪ ਨਾ ਹੀ ਤੁਸੀਂ ਉੰਨੀ ਸਕਸੈਸ ਦੇਖੀ ਹੁੰਦੀ ਹੈ, ਤਾਂ ਜਦੋਂ ਤੁਸੀਂ ਬਹੁਤ ਸਾਰੇ ਇਮੋਸ਼ਨਸ ਦੇਖ ਲੈਂਦੇ ਆ ਅਤੇ ਉਹ ਇਮੋਸ਼ਨ ਤੁਹਾਡੇ ਜਿਵੇਂ ਦਿਲ ਦੇ ਵਿੱਚੋਂ ਇੱਕ ਤੀਰ ਨਹੀਂ ਬਣਿਆ ਹੁੰਦਾ, ਉਸ ਤਰ੍ਹਾਂ ਹੁੰਦੇ ਆ ਮੈਨੂੰ ਲੱਗਦਾ ਇਮੋਸ਼ਨਸ, ਕਿ ਉਹ ਉਨੇ ਸੁਰਾਖ ਕਰਦੇ ਜਾਂਦੇ ਆ ਦਿਲ ਦੇ ਵਿੱਚੋਂ ਜਦੋਂ ਵੀ ਲੰਘਦੇ ਆ। ਕਦੇ ਕਿਸੇ ਫੈਨ ਦਾ ਕੋਈ ਇਹੋ ਜਿਹਾ ਕੰਪਲੀਮੈਂਟ ਜਾਂ ਕੋਈ ਫੈਨ ਜਿਹੜਾ ਤੁਹਾਨੂੰ ਯਾਦ ਹੋਵੇ? ਮੈਨੂੰ ਇੱਕ ਕੰਪਲੀਮੈਂਟ ਕਦੀ ਨਹੀਂ ਭੁੱਲਦਾ, ਕਿ ਮੈਂ ਕਿਸੇ ਢਾਬੇ 'ਤੇ ਐਂ ਰੋਟੀ ਖਾਣ ਉਤਰਿਆ ਤਾਂ ਇੱਕ ਛੋਟੀ ਜਿਹੀ ਬੱਚੀ ਆਈ ਅਤੇ ਉਹ ਕਹਿੰਦੀ ਕਿ ਮੇਰੇ ਨਾਨੀ ਤੁਹਾਡੇ ਬਹੁਤ ਵੱਡੇ ਫੈਨ ਨੇ, ਅਤੇ ਉਹ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜੇ ਮੈਂ ਜਵਾਨ ਹੁੰਦੀ ਤਾਂ ਮੈਂ ਗੁਰਨਾਮ ਨਾਲ ਵਿਆਹ ਕਰਾ ਲੈਣਾ ਸੀ।
ਮੈਨੂੰ ਬਹੁਤ ਕਿਊਟ ਲੱਗਦਾ ਹੈ ਉਹ ਗੱਲ ਹਮੇਸ਼ਾ। ਇੱਕ ਚੀਜ਼ ਜਿਹੜੀ ਮੁੰਡਿਆਂ ਬਾਰੇ ਤੁਹਾਨੂੰ ਲੱਗਦਾ ਕਿ ਯਾਰ ਕੁੜੀਆਂ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ, ਵੀ ਕੁੜੀਆਂ ਨੂੰ ਸਮਝਦੀਆਂ ਨਹੀਂ ਮੁੰਡੇ ਨੂੰ ਇਸ ਇੱਕ ਪਰਟੀਕੁਲਰ ਗੱਲ ਬਾਰੇ? ਮੈਨੂੰ ਐਂ ਲੱਗਦਾ ਕਿ ਮਤਲਬ ਮੇਰੇ ਆਸ ਪਾਸ ਤਾਂ ਮੈਨੂੰ ਮੇਰੇ ਘਰ 'ਚ ਵੀ ਐਂ ਲੱਗਦਾ ਕਿ ਮੁੰਡੇ ਨੂੰ ਬਹੁਤ ਹੀ ਜ਼ਿੰਮੇਵਾਰ ਸਮਝਿਆ ਜਾਂਦਾ, ਹਮੇਸ਼ਾ ਉਹਨੂੰ ਆਪਦੇ ਦੁੱਖ ਸੁਣਾਏ ਜਾਂਦੇ ਆ ਅਤੇ ਸਾਨੂੰ ਐਂ ਲੱਗਦਾ ਕਿ ਯਾਰ ਇਹ ਬਹੁਤ ਰਫ ਟਫ ਹੀ ਹੈ, ਮਤਲਬ ਇਹ ਤਾਂ ਸਾਰਾ ਕੁਝ ਸੁਣ ਵੀ ਲਊਗਾ ਸਹਿ ਵੀ ਲਊਗਾ ਤਾਂ ਇਹ ਬਣਿਆ ਇਸ ਲਈ ਹੈ। ਪਰ ਕੁੜੀਆਂ ਨੂੰ ਹਮੇਸ਼ਾ ਇੱਦਾਂ ਪ੍ਰਜੈਂਟ ਕੀਤਾ ਜਾਂਦਾ ਕਿ ਕੁੜੀਆਂ ਬਹੁਤ ਵੀਕ ਹੁੰਦੀਆਂ ਜਾਂ ਉਹਨਾਂ ਨੂੰ ਕੋਈ ਐਸੀ ਡਰਾਉਣੀ ਗੱਲ ਦੱਸਣੀ ਨਹੀਂ, ਬਟ ਮੈਨੂੰ ਲੱਗਦਾ ਕਿ ਮੁੰਡੇ ਵੀ ਉਨੇ ਹੀ ਇਮੋਸ਼ਨਲ ਹੁੰਦੇ ਆ। ਆਪਾਂ ਨੂੰ ਐਂ ਲੱਗਦਾ ਕਿ ਮੁੰਡੇ, ਮੈਂ ਰਿਲੇਸ਼ਨਸ਼ਿਪਸ ਨੂੰ ਲੈ ਕੇ ਕਰਾਂ ਕਿ ਆਪਾਂ ਨੂੰ ਲੱਗਦਾ ਕਿ ਯਾਰ ਮੁੰਡਿਆਂ ਨੂੰ ਫਰਕ ਨਹੀਂ ਪੈਂਦਾ, ਪਰ ਮੈਨੂੰ ਲੱਗਦਾ ਕਿ ਮੁੰਡਿਆਂ ਨੂੰ ਸਗੋਂ ਜ਼ਿਆਦਾ ਫਰਕ ਪੈਂਦਾ ਹਰ ਚੀਜ਼ ਦਾ। ਆਪਣੇ ਕੈਰੀਅਰ 'ਚ ਇੱਕ ਰਿਸਕ ਜੋ ਤੁਹਾਨੂੰ ਲੱਗਦਾ ਕਿ ਯਾਰ ਇਹ ਬਹੁਤ ਵੱਡਾ ਰਿਸਕ ਸੀ ਲਿਆ ਮੈਂ ਬਟ ਵਧੀਆ ਰਿਹਾ? ਲੇਖ ਫਿਲਮ 'ਚ ਜਿਹੜਾ ਉਹ ਬਾਡੀ ਟ੍ਰਾਂਸਫੋਰਮੇਸ਼ਨ ਸੀਗਾ ਉਹ ਰਿਸਕ ਬਹੁਤ ਵੱਡਾ ਸੀ। ਉਸ ਤੋਂ ਬਾਅਦ ਮੇਰੀ ਬਾਡੀ ਨੂੰ ਪਤਾ ਲੱਗ ਗਿਆ ਕਿ 105 ਕੋਈ ਵੇਟ ਹੁੰਦਾ, ਤਾਂ ਹੁਣ ਮੈਂ ਜਦੋਂ ਵੀ ਮੇਰਾ ਥਾਇਰੋਇਡ ਇੱਕ ਹੁੰਦਾ ਤੁਹਾਡੀ ਜਿਹੜਾ ਵੇਟ ਮੈਂਟੇਨ ਕਰਦਾ, ਤਾਂ ਉਹ ਬਹੁਤ ਵੱਡਾ ਰਿਸਕ ਸੀਗਾ ਕਿ ਮੈਨੂੰ ਬਾਅਦ 'ਚ ਡਾਕਟਰ ਨੇ ਕਿਹਾ ਕਿ ਯਾਰ ਤੂੰ ਐਂ ਚੱਕਦਾ ਵੀ 6 ਮਹੀਨੇ 'ਚ ਇੰਨਾ ਭਾਰ ਵਧਾ ਲਿਆ ਇੰਨਾ ਘਟਾ ਲਿਆ, ਤਾਂ ਉਹ ਰਿਸਕ ਤਾਂ ਸੀਗਾ ਔਰ ਉਹਦਾ ਮੈਂ ਖਮਿਆਜ਼ਾ ਅੱਜ ਤੱਕ ਭੁਗਤ ਰਿਹਾ, ਬਟ ਹਾਂ ਉਹ ਵਰਥ ਇਟ ਸੀ। ਤੁਹਾਡੇ ਅਕੋਰਡਿੰਗ ਔਨ ਸਕਰੀਨ ਤੁਹਾਡੀ ਜੋੜੀ ਕਿਹਦੇ ਨਾਲ, ਇਹਨਾਂ ਤਿੰਨਾਂ 'ਚੋਂ ਕਿਹਦੇ ਨਾਲ ਜ਼ਿਆਦਾ ਜੱਚਦੀ ਹੈ? ਸਰਗੁਣ, ਸੋਨਮ, ਤਾਨਿਆ? ਤਾਨਿਆ। ਤੁਸੀਂ ਜਿਵੇਂ ਇਕੱਲੇ ਹੋ ਆਪਣੇ ਪਰਿਵਾਰ 'ਚ, ਹੈ ਨਾ, ਤਾਂ ਇਕੱਲੇ ਚਾਈਲਡ ਹੋਣ ਦਾ ਸਭ ਤੋਂ ਵੱਡਾ ਫਾਇਦਾ ਅਤੇ ਨੁਕਸਾਨ ਕੀ ਹੈ? ਇਕੱਲੇ ਹੋਣ ਵਾਲਾ ਫਾਇਦਾ ਤਾਂ ਮੈਨੂੰ ਨਹੀਂ ਮਿਲਿਆ ਕਿਉਂਕਿ ਅਸੀਂ ਸਾਰੇ ਜੁਆਇੰਟ ਫੈਮਿਲੀ 'ਚ ਵੱਡੇ ਹੋਏ ਹਾਂ, ਤਾਂ ਮੇਰੇ ਤਾਇਆਂ ਦੇ ਬੱਚੇ ਅਸੀਂ ਸਾਰੇ ਇੱਕ ਘਰ 'ਚ ਰਹਿੰਦੇ ਸੀ ਔਰ ਅਸੀਂ 7 ਜਣੇ ਸੀ ਇੱਕ ਘਰ 'ਚ, ਤਾਂ ਜਿਹੜਾ ਬਚਪਨ 'ਚ ਹੁੰਦਾ ਨਾ ਕਿਹਾ ਜਾਂਦਾ ਕਿ ਯਾਰ ਇਕੱਲਾ ਹੈ ਤੈਨੂੰ ਇਕੱਲੇ ਰਹਿਣ ਦੀ ਆਦਤ ਹੈ, ਜਾਂ ਉਹ ਮੇਰੇ 'ਚ ਨਹੀਂ ਸੀਗਾ। ਨੁਕਸਾਨ ਇਹ ਹੈ ਕਿ ਹਾਂ ਹੁਣ ਮੈਨੂੰ ਲੱਗਦਾ ਕਿ ਯਾਰ ਛੋਟਾ ਭਰਾ ਜਾਂ ਕੋਈ ਇੱਕ ਹੋਰ ਚਾਈਲਡ ਇਹ ਹੁੰਦਾ ਘਰ 'ਚ, ਤਾਂ ਹੁਣ ਜਿਵੇਂ ਮੇਰੇ ਮੰਮਾ ਇਕੱਲੇ ਹੋ ਜਾਂਦੇ ਆ ਬਹੁਤ, ਕਿਉਂਕਿ ਮੈਂ ਬਹੁਤ ਟਰੈਵਲ ਕਰਦਾ ਕਰੀਅਰ ਲਈ ਜਾਂ ਇੱਦਾਂ, ਤਾਂ ਹੁੰਦਾ ਕਿ ਯਾਰ ਇੱਕ ਹੋਰ ਹੁੰਦਾ ਤਾਂ ਅਸੀਂ ਵਾਰੀ ਸਿਰ ਐਟਲੀਸਟ ਘਰ ਵਿਜ਼ਿਟ ਕਰਦੇ, ਤਾਂ ਉਹ ਮਾਂ ਪਿਓ ਲਈ ਬਹੁਤ ਔਖਾ ਹੈ ਇਕੱਲੇ ਚਾਈਲਡ ਲਈ। ਜਿਵੇਂ ਹੁਣ ਸਾਡੇ ਪੰਜਾਬੀ 'ਚ ਇੱਕ ਚੌਪਾਲ OTT ਪਲੇਟਫਾਰਮ ਹੈ, ਹੈ ਨਾ, ਅਤੇ ਵੈੱਬ ਸੀਰੀਜ਼ ਦਾ ਦੌਰ ਹੈ, ਬਹੁਤ ਸਾਰੀਆਂ ਵੈੱਬ ਸੀਰੀਜ਼ ਬਣ ਰਹੀਆਂ, ਕਿਹੋ ਜਿਹੀ ਇੱਕ ਵੈੱਬ ਸੀਰੀਜ਼ ਜੇ ਤੁਹਾਨੂੰ ਆਫਰ ਹੋਵੇ ਤਾਂ ਤੁਸੀਂ ਕਰਨਾ ਚਾਹੋਗੇ? ਕੋਈ ਰੋਮੈਂਟਿਕ ਵੈੱਬ ਸੀਰੀਜ਼ ਮੈਂ ਜ਼ਰੂਰ ਕਰਨੀ ਚਾਹੂੰਗਾ, ਜਿਹਦੇ 'ਚ ਇੱਕ ਕਾਲਜ ਦੇ ਮੁੰਡੇ ਦਾ ਪਿਆਰ ਉਹਦੇ ਜਵਾਨੀ ਤੱਕ, ਕਾਲਜ ਤੋਂ ਬਾਅਦ ਤੱਕ ਜਾਵੇ। ਤੁਹਾਡੇ ਅਕੋਰਡਿੰਗ ਸਕਸੈਸ ਕੀ ਹੈ? ਮੇਰੇ ਅਕੋਰਡਿੰਗ ਸਕਸੈਸ ਤੁਹਾਡੇ ਦਿਮਾਗ 'ਚ ਹੁੰਦੀ ਹੈ। ਕਈ ਵਾਰੀ ਸਾਨੂੰ ਇੱਕ ਸ਼ੋਅ ਜਦੋਂ ਸੋਲਡ ਆਊਟ ਹੋ ਜਾਂਦਾ ਉਹ ਸਕਸੈਸ ਲੱਗਦਾ, ਔਰ ਕਈ ਵਾਰੀ ਸਾਨੂੰ ਬਹੁਤ ਸਾਰੀਆਂ ਫਿਲਮਾਂ ਹਿੱਟ ਦਿੱਤੀਆਂ ਜਾਂ ਬਹੁਤ ਕੁਛ ਕੀਤਾ ਵੀ ਸਕਸੈਸ ਨਹੀਂ ਲੱਗਦਾ। ਸੋ ਸਕਸੈਸ ਹਮੇਸ਼ਾ ਦਿਮਾਗ 'ਚ ਹੁੰਦੀ ਹੈ, ਸੈਟਿਸਫੈਕਸ਼ਨ ਤੁਹਾਡੇ ਦਿਮਾਗ 'ਚ ਹੈ। ਤੁਸੀਂ ਇੱਕ ਚੀਜ਼ ਜਿਹਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਗੁਰਨਾਮ ਭੁੱਲਰ ਹਮੇਸ਼ਾ ਜਾਣਿਆ ਜਾਵੇ? ਓਨੈਸਟੀ ਫੋਰ ਦਾ ਆਰਟ। ਇੱਕ ਗਾਣਾ ਜਿਹੜਾ ਤੁਹਾਡਾ ਚੱਲਿਆ ਨਹੀਂ ਹੈ ਬਟ ਤੁਹਾਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਆ, ਉਹ ਤੁਸੀਂ ਸਾਨੂੰ ਗਾ ਕੇ ਸੁਣਾ ਦਿਓ। ਤੁਹਾਨੂੰ ਖਿਡਾਰੀ ਫਿਲਮ ਦੇ ਵਿੱਚ ਇੱਕ ਗਾਣਾ ਹੈ ਨਸ਼ੇ ਦੀਆਂ ਪੁੜੀਆਂ, ਉਹ ਮੈਂ ਹੀ ਲਿਖਿਆ ਗਾਣਾ, ਅਤੇ ਉਹ ਚੱਲਿਆ ਨਹੀਂ ਗਾਣਾ, ਉਹ ਸ਼ਾਇਦ ਕਿਉਂਕਿ ਕੋਈ ਫਿਲਮ ਨਹੀਂ ਚੱਲਦੀ ਤਾਂ ਫਿਰ ਉਹ ਐਟਮੋਸਫੇਅਰ ਹੀ ਨਹੀਂ ਚੱਲਿਆ ਐਕਚੁਅਲੀ ਉਹ, ਬਟ ਉਹ ਗਾਣਾ ਬਹੁਤ ਸੋਹਣਾ ਆਇਆ ਕਿ ਕੋਲ ਕੋਲ ਤੂੰ ਰਹਿ ਕੇ ਅਹਿਸਾਨ ਕਰਦਾ ਰਹਿ, ਮਿੰਨਾ ਮਿੰਨਾ ਹੱਸ ਕੇ ਮੇਰੀ ਜਾਨ ਕੱਢਦਾ ਰਹਿ, ਇੱਕ ਵਾਰ ਤੂੰ ਸੁਣ ਲੈ ਵੇ ਲੱਖਾਂ ਮੇਰੀਆਂ ਨਸ਼ੇ ਦੀਆਂ ਪੁੜੀਆਂ ਨੇ ਅੱਖਾਂ ਤੇਰੀਆਂ। ਵਾਕਈ ਗਾਣਾ ਵਧੀਆ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਇਦ ਹੁਣ ਵਾਇਰਲ ਹੋ ਜਾਏ। ਹੁਣ ਤਾਂ ਹੁਣ ਉਹ ਗੱਲ ਤਾਂ ਹੈ ਨਹੀਂ ਗੀ ਕਿ ਇੱਕ ਵਾਰ ਨਹੀਂ ਚੱਲਿਆ, ਹੁਣ ਕੋਈ ਵੀ ਗਾਣਾ ਸਾਲ ਬਾਅਦ ਵੀ ਕਿਤੇ ਵੀ ਚੱਲ ਸਕਦਾ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਯਾਰ ਇਹ ਗਾਣੇ 'ਤੇ ਨਾ ਮੈਂ ਦੁਬਾਰਾ ਰੀਲਾਂ ਰੂਲਾਂ ਪਾਉਣਾ ਕਿ ਇਹ ਚੱਲੇ। ਇੱਕ ਫਿਲਮ ਜਿਹੜੀ ਤੁਹਾਨੂੰ ਲੱਗਦਾ ਕਿ ਯਾਰ ਇਹ ਮੈਂ ਨਹੀਂ ਕਰਨੀ ਚਾਹੀਦੀ ਸੀ? ਮੈਨੂੰ ਐਸੀ ਕੋਈ ਫਿਲਮ ਨਹੀਂ ਸੀ ਜਿਹੜੀ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਕਰਨੀ ਚਾਹੀਦੀ ਸੀ। ਹਾਂ ਮੈਨੂੰ ਲੱਗਦਾ ਕਿ ਮੈਨੂੰ ਹੁਣ ਕੋਈ ਅਫੈਂਡ ਨਾ ਹੋ ਜਾਵੇ, ਪਰ ਮੈਨੂੰ ਕੋਕਾ ਸ਼ਾਇਦ ਉਹ ਫਿਲਮ ਲੱਗਦੀ ਹੈ ਕਿ ਨਹੀਂ ਕਰਨੀ।
ਇੱਕ ਕੁਆਲਿਟੀ ਜਿਹੜੀ ਤੁਹਾਡੀ ਮਦਰ 'ਚ ਹੈ ਅਤੇ ਉਹ ਤੁਹਾਡੀ ਲਾਈਫ ਪਾਰਟਨਰ 'ਚ ਵੀ ਦਿਖਦੀ ਹੈ ਤੁਹਾਨੂੰ? ਇੱਕ ਕੁਆਲਿਟੀ ਹੈ ਕਿ ਜਿਹੜੀ ਕੁਆਲਿਟੀ ਜਾਂ ਐਕਸਪੈਕਟਰ ਉਹਨਾਂ ਦੇ ਅੰਦਰ ਨਹੀਂ ਵੀ ਗਾ ਨਾ, ਉਹ ਤਾਂ ਵੀ ਪੁਸ਼ ਕਰਦੀਆਂ ਰਹਿੰਦੀਆਂ ਦੋਨੋਂ, ਕਿ ਉਹਨਾਂ ਨੂੰ ਕੋਈ ਵੀ ਟਾਸਕ ਮਿਲ ਜਾਵੇ ਘਰ ਦੇ ਵਿੱਚ ਅਤੇ ਜਿਹੜਾ ਉਹਨਾਂ ਨੂੰ ਨਹੀਂ ਆਉਂਦਾ, ਬਟ ਫਿਰ ਵੀ ਉਹ ਕੋਸ਼ਿਸ਼ ਕਰਨੀਆਂ ਅਤੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਨੀਆਂ, ਜਦ ਤੱਕ ਕਰਨੀਆਂ ਜਦ ਤੱਕ ਕਰ ਨਹੀਂ ਲੈਂਦੀਆਂ। ਇੱਕ ਕੁਆਲਿਟੀ ਜੇ ਤੁਸੀਂ, ਮੈਂ ਤੁਹਾਨੂੰ ਕੁਛ ਆਰਟਿਸਟ ਦੇ ਨਾਮ ਲਊਂਗਾ ਕਿ ਉਹਨਾਂ ਦੀ ਜ਼ਿੰਦਗੀ 'ਚੋਂ ਤੁਸੀਂ ਇੱਕ ਕੁਆਲਿਟੀ ਲੈਣੀ ਹੋਵੇ, ਗਿੱਪੀ ਗਰੇਵਾਲ, ਕੰਸਿਸਟੈਂਸੀ ਆਫ ਦਾ ਹਿੱਟ ਫਿਲਮਸ, ਸਤਿੰਦਰ ਸਰਤਾਜ, ਓਹ ਵਾਹ, ਉਹਨਾਂ ਕੋਲ ਤਾਂ ਇੰਨੀ ਸੋਹਣੀ ਸ਼ਾਇਰੀ ਹੈ। ਸੋਨਮ ਬਾਜਵਾ, ਸੋਨਮ ਬਾਜਵਾ ਦਾ ਕੌਨਫੀਡੈਂਸ। ਹਰਭਜਨ ਮਾਨ ਬਾਈ, ਹਰਭਜਨ ਬਾਈ ਦਾ ਔਰਾ ਬਹੁਤ, ਜੇ ਮਤਲਬ ਉਹ ਇੱਥੇ ਆ ਜਾਣ ਤਾਂ ਤੁਸੀਂ 10 ਮਿੰਟ ਬਾਅਦ ਰੂਮ 'ਚ ਆਓਗੇ ਤਾਂ ਸਾਰੇ ਉਹਨਾਂ ਦੇ ਆਲੇ ਦੁਆਲੇ ਬੈਠੇ ਹੋਣਗੇ, ਉਹ ਗੱਲਾਂ ਇੰਨੀਆਂ ਵਧੀਆ ਕਰਦੇ, ਔਰਾ ਉਹਨਾਂ ਦਾ ਬਹੁਤ ਪੋਜ਼ਿਟਿਵ ਹੈ। ਇੱਕ ਹਰੇਕ ਬੰਦੇ ਦੀ ਜ਼ਿੰਦਗੀ 'ਚ ਇੱਕ ਮੂਮੈਂਟ ਹੁੰਦਾ ਹੈ ਜਦੋਂ ਤੁਸੀਂ ਇੰਡਸਟਰੀ 'ਚ ਆਏ, ਹੈ ਨਾ, ਸਟਰਗਲ ਕੀਤਾ, ਕਿਹੜਾ ਉਹ ਮੂਮੈਂਟ ਸੀ, ਕਿਹੜਾ ਉਹ ਪਲ ਸੀ ਜੋ ਤੁਹਾਨੂੰ ਲੱਗਿਆ ਕਿ ਜਿਹੜਾ ਨੈਵਰ ਟਰਨ ਬੈਕ ਮੂਮੈਂਟ ਸੀ ਤੁਹਾਡੇ ਲਈ ਵੀ ਯਾਰ ਹੁਣ ਤਾਂ ਨਹੀਂ ਜਾਂਦਾ ਮੈਂ, ਬਸ ਟਿਕ ਗਿਆ? ਲੇਖ ਦੀ ਓਪਨਿੰਗ ਲੱਗੀ ਜਿਸ ਦਿਨ, ਉਹ ਮੈਨੂੰ ਲੱਗਿਆ ਕਿ ਯਾਰ ਜੇ ਮੈਂ ਆਹ ਹੋ ਸਕਦਾ ਤਾਂ ਮਤਲਬ ਮੈਂ ਠੀਕ ਹਾਂ। ਠੀਕ, ਥੈਂਕ ਯੂ ਵੀਰੇ ਸ਼ੋਅ 'ਚ ਆਉਣ ਦੇ ਲਈ। ਸੋ ਜੋ ਤੁਸੀਂ ਕਹਿੰਦੇ ਹੈ ਕਿ ਮੈਂ ਇੱਕ ਸਿੰਗਰ ਪਹਿਲਾਂ ਹੈ, ਹੈ ਨਾ, ਮੇਰਾ ਮਿਊਜ਼ਿਕ ਲਈ ਪਿਆਰ ਹੈ, ਸੋ ਅਸੀਂ ਦੁਆ ਕਰਾਂਗੇ ਕਿ ਜਿਵੇਂ ਜੋ ਮੁਕਾਮ ਅੱਜ ਦਲਜੀਤ ਬਾਈ ਨੇ ਹਾਸਿਲ ਕੀਤਾ, ਕਿਉਂਕਿ ਹੁਣ ਉਹ ਇੱਕ ਵਿੰਡੋ ਖੁੱਲ੍ਹ ਚੁੱਕੀ ਹੈ ਅਤੇ ਹੁਣ ਉਹ ਬਹੁਤ ਸਾਰੇ ਪੰਜਾਬੀ ਜਾਣਗੇ ਉੱਥੇ, ਸੋ ਸਾਡੀਆਂ ਦੁਆਵਾਂ ਹੈ ਕਿ ਤੁਸੀਂ ਛੇਤੀ ਉਸ ਤਰੀਕੇ ਦੇ ਅਰੀਨਾ ਭਰੋ ਅਤੇ ਪੰਜਾਬੀ ਮਿਊਜ਼ਿਕ ਨੂੰ ਹੋਰ ਉੱਤੇ ਲੈ ਕੇ ਜਾਓ। ਥੈਂਕ ਯੂ ਵੀਰੇ, ਨਹੀਂ ਮੈਨੂੰ ਇੱਕ ਤਾਂ ਆਪਾਂ ਮਿਲੇ ਬਹੁਤ ਚਿਰ ਬਾਅਦ ਹਾਂ ਅਤੇ ਮੇਰੇ ਲਈ ਇਹ ਸ਼ੋਅ ਬਹੁਤ ਸਪੈਸ਼ਲ ਹੈ ਅਤੇ ਸ਼ਾਇਦ ਮੈਨੂੰ ਅੱਜ ਲੱਗਿਆ ਨਹੀਂ ਕਿ ਕੋਈ ਸ਼ੂਟ ਹੋ ਰਿਹਾ, ਮੈਨੂੰ ਐਂ ਇੱਕ ਸੈਕਿੰਡ ਲਈ ਵੀ ਨਹੀਂ ਲੱਗਿਆ ਕਿ ਕੈਮਰੇ ਲੱਗੇ ਹੋਏ ਆ ਅਤੇ ਮੈਂ ਬਹੁਤ ਲੱਕੀ ਹਾਂ। ਜਿਵੇਂ ਟੋਪ 5 ਉਹ ਜਣੇ ਜਦੋਂ ਵੀ ਗਿਣ ਜਦ ਵੀ ਗਿਣਦਾ ਕਿ ਮੇਰੇ ਕਰੀਅਰ 'ਚ ਉਹਨਾਂ ਦਾ ਬਹੁਤ ਵੱਡਾ ਰੋਲ ਆ ਤਾਂ ਮੈਂ ਹਮੇਸ਼ਾ ਤੁਹਾਡਾ ਨਾਮ ਲੈਂਦਾ, ਐਮੀ ਬਾਈ ਦਾ ਨਾਮ ਲੈਂਦਾ, ਵਿੱਕੀ ਧਾਲੀਵਾਲ ਦਾ ਨਾਮ ਲੈਂਦਾ, ਸੋ ਇਹ ਕੁਛ ਇਨਸਾਨ ਮੈਂ ਬਹੁਤ ਲੱਕੀ ਹਾਂ। ਜਸਵੀਰ ਬਾਈ, ਸੋ ਤੁਹਾਡੇ ਸਾਰਿਆਂ ਦਾ ਸਾਥ ਹਮੇਸ਼ਾ ਮੈਨੂੰ ਮਿਲਦਾ ਰਿਹਾ, ਮਿਲਦਾ ਰਹੂਗਾ, ਮੈਨੂੰ ਇਹ ਹੋਪ ਹੈ ਅਤੇ ਬਸ ਇਹ ਦੁਆਵਾਂ ਜਿਹੜੀਆਂ ਨੇ ਹਮੇਸ਼ਾ ਨਾਲ ਰਹਿਣ, ਮੈਂ ਆਪਦਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਔਰ ਅੱਗੇ ਵੀ ਦਿੰਦਾ ਰਹੂੰਗਾ। ਥੈਂਕ ਯੂ। ਜਦੋਂ ਮੈਂ ਪਹਿਲੀ ਫਿਲਮ ਸਾਈਨ ਕੀਤੀ ਤਾਂ ਮੈਨੂੰ ਬੰਬੇ 'ਚ ਵੀ ਸਾਰਿਆਂ ਨੇ ਕਿਹਾ ਕਿ ਗਲਤ ਹੋ ਗਿਆ, ਕਹਿੰਦੇ ਫੋਟੋਆਂ ਭੇਜੋ, ਉਹ ਬਚਪਨ 'ਚ ਕੁੱਤੇ ਦੇ ਨਾਲ ਫੋਟੋਆਂ ਸੀਗੀਆਂ ਮੇਰੀਆਂ ਤੌਲੀਏ 'ਚ, ਸਰ 'ਤੇ ਤੌਲੀਆ ਬੰਨਿਆ ਹੋਇਆ। ਮੈਂ ਕਿਹਾ ਓਕੇ ਮੈਂ ਭੇਜ ਦਿੰਦੀ ਹਾਂ, ਮੈਂ ਉਹਨਾਂ ਨੂੰ ਫੋਟੋਆਂ ਭੇਜਦੀ, ਉਹਨਾਂ ਨੇ ਆਫਕੋਰਸ ਰਿਸਪੋਂਡ ਨਹੀਂ ਕੀਤਾ। ਮੈਨੂੰ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਪ੍ਰੋਬਲਮ ਹੈ ਪੈਸਿਆਂ ਦਾ, ਨੋਬਡੀ ਇਜ਼ ਪੇਡ ਇਨ ਦੀ ਇੰਡਸਟਰੀ, ਥੱਲੇ ਦੇ ਲੋਕਾਂ ਦੇ ਸਾਰਿਆਂ ਦੇ ਪੈਸੇ ਮਾਰਦੇ ਆ। ਸਾਡਾ ਪਹਿਲਾ ਹੀ ਸ਼ੋਟ ਸੀ, ਸਾਡਾ ਵਿਆਹ ਹੋ ਰਿਹਾ। ਉਸ ਸ਼ੋਅ 'ਚ ਮਿਲੇ ਸੀ ਤੁਸੀਂ ਰਵੀ ਨੂੰ? ਯੈਸ, ਪਹਿਲਾਂ ਮੇਰਾ ਸ਼ੋਅ 'ਚ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਸੀ ਸ਼ੋਅ 'ਚ। ਇੰਨੀ ਫਾਰਮਲ ਕਨਵਰਸੇਸ਼ਨ ਆਪਾਂ ਕਿੰਨੇ ਟਾਈਮ ਬਾਅਦ ਕੀਤੀ। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਅਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ, ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।